ਮਿਸਟਰ ਸੈਣੀ ਹਮੇਸ਼ਾ ਕਹਿੰਦੇ ਵੈਂਡਰ ਡਾਟਾ ਪੋਲਿਟਿਕਸ ਹੋ ਰਹੀ ਹੈ ਕੋਈ ਵੀ ਚੀਜ਼ ਨੂੰ ਤੁਸੀਂ ਕੁਐਸਚਨ ਕਰੋ ਤੇ ਸੈਣੀ ਕੋਲ ਜਵਾਬ ਹੁੰਦਾ ਨਹੀਂ ਉਸ ਚੀਜ਼ ਦਾ ਉਹ ਵੈਂਡਰ ਡਾਟਾ ਵੈਂਡਰ ਡਾਟਾ ਕਰਨ ਲੱਗਦਾ ਜਦ ਲੋਕ ਤਾਂ ਕਈ ਤੁਹਾਡੇ ਫਜ਼ਰ ਦੇ ਇਲਜ਼ਾਮ ਜਿਹੜਾ ਮਰਜ਼ੀ ਲਾ ਲਵੇ ਦਰ ਮੋਸਟ ਵੈਲਕਮ ਟੂ ਕਮ ਇਨ ਟੂ ਕੋਰਟ ਆਮ ਨਾਟ ਅਸ਼ੇਮਡ ਆਫ ਲੋ ਕਹ ਰਹੇ ਆ ਮਿਸਟਰ ਸੈਣੀ ਨੂੰ ਪੰਜਾਬ ਸਰਕਾਰ ਪਛਾਹਤਾ ਜੇ ਸਰਕਾਰ ਇਹਨੂੰ ਵਿਚਾਰੀ ਹੁੰਦੀ ਕਦੇ ਇਨਵੈਸਟੀਗੇਸ਼ਨਸ ਨਾ ਹੁੰਦੀਆਂ ਜੇ ਇਨਵੈਸਟੀਗੇਸ਼ਨਸ ਨਾ ਹੁੰਦੀਆਂ ਤੇ ਈਡੀ ਤੇ ਇਨਕਮ ਟੈਕਸ ਦਾ ਸੈਣੀ ਨੂੰ ਕਦੇ ਉਹਨਾਂ ਦੇ ਉਹ ਫਾਇਸਲਸ ਕਰ ਲੈਣੇ ਆ ਜਿਹੜੇ ਹੋਰ ਵੱਡੇ ਕੇਸਸ ਆ ਉਹਨਾਂ ਨੂੰ ਪਾਸੇ ਰੱਖ ਕੇ ਇੱਕ ਉਸ ਕੇਸ ਨੂੰ ਹੱਥ ਪਾਇਆਗਾ ਜਿੰਦੇ ਵਿੱਚ ਮਿਸਟਰ ਸੈਣੀ ਨੂੰ ਜਲਦੀ ਰਾਹਤ ਮਿਲ ਸਕਦੀ ਕਿਲਿੰਗਸ ਬਾਰੇ ਇਨੋਸੈਂਟ ਲੋਕਾਂ ਦੀਆਂ ਕਿਲਿੰਗਸ ਬਾਰੇ ਬਹੁਤ ਚੀਜ਼ਾਂ ਤੁਹਾਨੂੰ ਮਿਲਣਗੀਆਂ ਇਹਦੀ ਕਰਪਸ਼ਨ ਬਾਰੇ ਲੋਕੀ ਨਹੀਂ ਬੋਲ ਰਹੇ ਉਹਦੇ ਤੇ ਲੋਕੀ ਚੁੱਪ ਰਹਿ ਰਹੇ ਸੀ ਭਾਵੇਂ ਅਮਨ ਸਕੋਡਾ ਕੇਸ ਦੇ ਵਿੱਚ ਇਹਦੀ ਕਰਪਸ਼ਨ ਦਾ ਬਹੁਤ ਮਤਲਬ ਤੁਸੀਂ ਮਿਸਟਰ ਸੈਣੀ ਦੇ 8 ਕੇਸ ਬਣਾਏ ਆ ਮੋٹے ਮੋਟੇ ਸਕੋਡਾ ਅਮਨ ਸਕੋਡਾ ਕੇਸ ਦੀ ਗੱਲ ਕਰਦੇ ਮੈਨੂੰ ਆ ਕੇਸ ਕਿੰਨੇ ਦੱਬਿਆ ਹੋਇਆ ਮੈਨੂੰ ਪੂਰਾ ਵਿਸ਼ਵਾਸ ਹੈ ਸੈਣੀ ਨੂੰ ਸਜ਼ਾ ਵੀ ਮਿਲੂਗੀ ਟਾਈਮ ਲਾਈਨ ਨਹੀਂ ਦੱਸ ਸਕਦਾ ਸਜ਼ਾ ਵੀ ਮਿਲੂਗੀ ਔਰ ਜੇਲ੍ਹ ਵੀ ਚਲੇਗਾ ਜਸਟਿਸ ਅਖੀਰ ਤੁਸੀਂ ਮੈਂ ਕੇਪੀ ਸਿੰਘ ਫਿਊ ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਜਿੰਤੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਕੀਤੀਆਂ ਜਾ ਰਹੀਆਂ ਹੈ ਉਹ ਸਾਬਕਾ ਡੀਜੀਪੀ ਸੁਮੇਤ ਸੈਣੀ ਸੁਮੇਤ ਸੈਣੀ ਦੇ ਮੁੱਦੇ ਤੇ ਕੈਪਟਨ ਮਰਿੰਦਰ ਸਿੰਘ ਤੇ ਨਿਯੋਤ ਸਿੱਧੂ ਵਿਚਾਲੇ ਵੀ ਬਹਿਸ ਹੁੰਦੀ ਹੈ ਤੇ ਬਾਦਲ ਸਰਕਾਰ ਹੈ ਜਿਹੜੀ ਉਸ ਵੇਲੇ ਤੇ ਜਿਹੜੇ ਰਿਕਾਰਡ ਆ ਉਹ ਕੱਢੇ ਜਾਂਦੇ ਆ ਚਾਹੇ ਵੈਬਲ ਕਲਾ ਕੋਲੀ ਕਾਂਠ ਹੋਵੇ ਕੋਟਪੁਰਾ ਗੋਲੀ ਕਾਂਠ ਹੋਵੇ ਤੇ ਚਾਹੇ ਬਰਗਾੜੀ ਬੇਅਤ ਪੀ ਆਲਾ ਮੁੱਦਾ ਹੋਵੇ ਇਹਨਾਂ ਸਾਰੇ ਮੁੱਦਿਆਂ ਜ਼ਿਕਰ ਹੁੰਦਾ ਤੇ ਇਸ ਦੇ ਵਿਚਾਲੇ ਮਲਤਾਨੀ ਅਗਵਾ ਕਾਂਡ ਵੀ ਸ਼ਾਮਲ ਹੁੰਦਾ ਹੈ ਇਹ ਸਾਰੇ ਮਾਮਲੇ ਇੱਕੋ ਦਮ ਹਾਈਲਾਈਟਸ ਹੁੰਦੇ ਆ ਤੇ ਉਸ ਸੁਰਖੀਆਂ ਦੇ ਵਿੱਚੋਂ ਤੋਂ ਬਾਅਦ ਸਿਆਸਤ ਇਸ ਮੁੱਦੇ ਤੇ ਪਹੁੰਚ ਜਾਂਦੀ ਹੈ ਕਿ ਕੁਰਸੀ ਲੜਾਈ ਹੈ ਕੀ ਹੈ ਪਰ ਮੁੱਦਾ ਅਸਲ ਵਿੱਚ ਹੈ ਕੀ ਸੀਗਾ ਕਿੱਥੋਂ ਸ਼ੁਰੂ ਹੋਇਆ ਸੀਗਾ ਉਸੇ ਮੁੱਦੇ ਤੇ ਗੱਲ ਕਰਨੀ ਹੈ ਸਾਡਾ ਬਹੁਤ ਹੀ ਖਾਸ ਮਹਿਮਾਨ ਮੌਜੂਦ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਆ ਸਾਬਕਾ ਡੀਜੀਪੀ ਐਸਐਸ ਵਿਰਕ ਦੇ ਫਰਜੰਦ ਐਡਵੋਕੇਟ ਪ੍ਰਦੀਪ ਵਰਕ ਸਾਬਕਾ ਆਈਪੀਐਸ ਅਫਸਰ ਵਰਕ ਸਾਹਿਬ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਸਤਿ ਸ਼੍ਰੀ ਅਕਾਲ ਵਰਕ ਸਾਹਿਬ ਮੈਂ ਸਭ ਤੋਂ ਪਹਿਲਾਂ ਇੱਥੇ ਸ਼ੁਰੂ ਕਰੂੰਗਾ ਸਮੇਤ ਸੈਣੀ ਦੇ ਨਾਲ ਤੁਹਾਡਾ ਕੋਈ ਨਿਜੀ ਟਕਰਾ ਹੈ ਦੇਖੋ ਨਿਜੀ ਟਕਰਾ ਵੀ ਰਿਹਾ ਹੈ ਬਿਲਕੁਲ ਰਿਹਾ ਹੈ ਪਰ ਹੁਣ ਜੋ ਇਨੀ ਦੇਰ ਦਾ ਮੈਂ ਇਹਦੇ ਖਿਲਾਫ ਚੱਲ ਰਿਹਾ ਉਹ ਤੁਸੀਂ ਕਿਤੇ ਵੀ ਦੇਖੋ ਤੇ ਇਟ ਇਜ਼ ਮੋਰ ਲਾਈਕ ਅ ਮਿਸ਼ਨ ਕਿਉਂਕਿ ਮੈਂ ਕੱਲਾ ਸੁਮੇਤ ਸੈਣੀ ਦੇ ਖਿਲਾਫ ਨਹੀਂ ਗਿਆ ਜਿੰਨੇ ਵੀ ਆਫੀਸਰਸ ਕ੍ਰਿਮੀਨਲਸ ਇਨ ਯੂਨੀਫਾਰਮ ਬਣ ਕੇ ਚੱਲੇ ਹੈ ਮੈਂ ਉਹਨਾਂ ਦੇ ਖਿਲਾਫ ਹਮੇਸ਼ਾ ਖੜਾ ਹੋਇਆ ਦੂਜੀ ਗੱਲ ਜਿੱਥੇ ਵੀ ਮਹਿਕਮੇ ਨੇ ਆਪਣੇ ਆਫੀਸਰਸ ਦੇ ਖਿਲਾਫ ਐਕਸ਼ਨ ਲਿਆ ਹੈ ਮਤਲਬ ਕਿਸੇ ਆਫੀਸਰ ਨੂੰ ਗਲਤ ਫਸਾਇਆ ਗਿਆ ਮੈਂ ਉਸ ਆਫੀਸਰ ਲਈ ਖੜਾ ਵੀ ਹੋਇਆ ਐਜ਼ ਅ ਲਾਇਰ ਸੋ ਮੇਰੀ ਦੋਵੇਂ ਪਾਸੇ ਤੁਸੀਂ ਦੇਖੋਗੇ ਬੇਸਿਕਲੀ ਐਜ਼ ਅ ਮਿਸ਼ਨ ਆਮ ਫਾਈਟਿੰਗ ਫॉर ਦੀ ਪੀਪਲ ਹੂ ਆਰ ਬੀਇੰਗ ਵਿਕਟਿਮਾਈਜ਼ਡ ਐਟ ਦੀ ਆਲਟਰ ਆਫ ਮਿਸ਼ਨ ਪਰਿਵਾਰਕ ਹੈ ਜਾਂ ਮਿਸ਼ਨ ਪੀਪਲ ਹੈ ਨਹੀਂ ਨਹੀਂ ਮਿਸ਼ਨ ਪੀਪਲ ਹੈ ਪਰਿਵਾਰਕ ਕਿੱਥੋਂ ਗਿਆ ਪਰਿਵਾਰਕ ਤੋਂ ਸ਼ੁਰੂਆਤ ਹੋਈ ਫਿਰ ਜਦੋਂ ਇੱਕ ਦੇ ਨਾਲ ਸੈਣੀ ਇੱਕ ਇਕੱਲਾ ਇਨਸਾਨ ਨਹੀਂ ਸੀ ਸੈਣੀ ਦੇ ਨਾਲ 50 ਜਣੇ ਹੋਰ ਆ ਗਏ ਸੋ ਉਹ ਲੜਾਈ ਵੱਧ ਹੀ ਗਈ ਨੇ ਜੇ ਮੈਂ ਇੱਥੋਂ ਸ਼ੁਰੂ ਕਰਾਂ ਕਿ ਮਿਸਟਰ ਸੈਣੀ ਹਮੇਸ਼ਾ ਕਹਿੰਦੇ ਆ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਤੋਂ ਵੈਂਡੇਟਾ ਤੇ ਇੱਥੋਂ ਵੀ ਕਹਿ ਸਕਦੇ ਆ ਕਿਉਂਕਿ ਤੁਹਾਡਾ ਪਰਿਵਾਰ ਉਹਨਾਂ ਦੇ ਮਗਰ ਪਿਆ ਹੋਇਆ ਇਕ ਮੈਨੂੰ ਗੱਲ ਦੱਸੋ ਨਾ ਮੇਰੇ ਕੋਲ ਕੋਈ ਕੁਰਸੀ ਮੈਂ ਕੋਈ ਜੱਜ ਨਹੀਂ ਮੈਂ ਕੋਈ ਪੁਲਿਸ ਵਾਲਾ ਨਹੀਂ ਮੈਂ ਕੋਈ ਪੋਲੀਟੀਸ਼ੀਅਨ ਨਹੀਂ ਤੇ ਮੈਂ ਸੈਣੀ ਦਾ ਮਗਰ ਪਾ ਕੇ ਕੀ ਕਰ ਲਾਂਗਾ ਨਾ ਮੈਂ ਐਵਿਡੈਂਸ ਫੈਬ੍ਰिकेट ਕਰ ਸਕਦਾ ਨਾ ਮੈਂ ਕਰਾਂਗਾ ਕਦੇ ਮੈਂ ਕਿਸ ਅਥਾਰਟੀ ਤੇ ਸੈਣੀ ਦਾ ਨੁਕਸਾਨ ਕਰਾਂਗਾ ਜੇ ਸੈਣੀ ਨੇ ਗਲਤ ਕੰਮ ਕੀਤੇ ਮੈਂ ਤਾਂ ਉਹ ਕੋਰਟ ਦੇ ਸਾਹਮਣੇ ਰੱਖਿਆ ਯੂਨਾਈਟਿਡ ਨੇਸ਼ਨਸ ਦੀ ਮੈਂ ਐਗਜ਼ਾਮਪਲ ਦੇ ਦਣਾ ਸੀਬੀਆਈ ਕੇ ਸੈਣੀ ਤੇ ਚੱਲ ਰਿਹਾ 94 ਦਾ ਚੱਲ ਰਿਹਾ ਮੈਂ ਤਾਂ 14 ਸਾਲਾਂ ਦਾ ਸੀ ਮੇਰਾ ਕੀ ਲੈਣਾ ਦੇਣਾ ਉਸ ਕੇਸ ਨਾਲ ਮੈਂ ਤਾਂ ਨਹੀਂ ਸੈਣੀ ਦਾ ਕੇਸ ਕਰਵਾਇਆ ਜਿਹੜੇ ਨੇ ਲੁਧਿਆਣੇ ਬੰਦੇ ਮਾਰੇ ਇਨੋਸੈਂਟ ਹਿੰਦੂ ਫੈਮਲੀ ਮਾਰੀ ਹੈ ਪਰਸਨਲ ਦੁਸ਼ਮਣੀ ਕਰਕੇ ਜੋ ਸੀਬੀਆਈ ਦੇ ਖਿਲਾਫ ਕਹਿ ਰਹੀ ਹੈ ਮੈਂ ਤਾਂ ਨਹੀਂ ਉਹ ਕੇਸ ਦੀ ਤਫਤੀਸ਼ ਕੀਤੀ ਮੈਂ ਤਾਂ ਨਹੀਂ ਇਹ ਤਾਂ ਮਗਰ ਪਿਆ ਅੱਗੇ ਆਜੋ ਇਹਦੇ ਖਿਲਾਫ ਜਸਟਿਸ ਚਾਂਜੀ ਦਾ ਆਰਡਰ ਹੈ ਮੇਰਾ ਤਾਂ ਜਸਟਿਸ ਚਾਂਜੀ ਨਾਲ ਕੋਈ ਲੈਣਾ ਦੇਣਾ ਨਹੀਂ ਸੈਣੀ ਨੇ ਕਦੇ ਉਸ ਆਰਡਰ ਦੇ ਵਿੱਚ ਸਟ੍ਰਿਕਚਰ ਸੈਟ ਅਸਾਈਡ ਨਹੀਂ ਕਰਾਇਆ ਕਿ ਨਿਹੰਗਪੂਲੇ ਨੇ ਜਸਟਿਸ ਚਾਂਜੀ ਨੂੰ ਧਮਕਾਇਆ ਜਾਂ ਉਹਨਾਂ ਨੂੰ ਧਮਕੀਆਂ ਆਈਆਂ ਕਿ ਉਸੇ ਫਰਨਸ ਤੁਹਾਨੂੰ ਸੁਟਾ ਦੇਵਾਂਗੇ ਜਿੱਥੇ ਉਹ ਫੈਮਲੀ ਸੁਟਾਈ ਹੈ ਜਸਟਿਸ ਤੀਰਤ ਸਿੰਘ ਠਾਕੁਰ ਨੇ ਸੈਣੀ ਮੇਰਾ ਉਦੇਚ ਲੈਣਾ ਦੇਣਾ ਨਹੀਂ ਮੈਂ ਤਾਂ ਨਹੀਂ ਜਸਤੇ ਜੀਰਤ ਸਿੰਘ ਠਾਕੁਰ ਨੂੰ ਜਾਣਦਾ ਮੈਂ ਤੇ ਨਹੀਂ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਇਹ ਚੀਜ਼ਾਂ ਕਰੋ ਹੋਰ ਅੱਗੇ ਆਜੋ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਇਹਦੇ ਡੀਜੀ ਹੁੰਦਿਆਂ ਦੀ ਮੈਂ ਤਾਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਕੁਝ ਨਹੀਂ ਜਾ ਕੇ ਕੀਤਾ ਉਹਨਾਂ ਨੇ ਕਿਹਾ ਹਿਊਮਨ ਰਾਈਟਸ ਆ ਵਾਇਲੇਟਰ ਹੈ ਐ ਮੈਂ ਐਜ਼ ਅ ਲਾਇਰ ਮਲਤਾਨੀ ਕੇਸ ਕਦੋਂ ਲੜਿਆ ਦੇਖੋ ਜੇ ਮੈਂ ਸੈਣੀ ਦੇ ਨਾਲ ਪਰਸਨਲ ਰੰਜਿਸ਼ ਕੱਢ ਰਿਹਾ ਹੁੰਦਾ ਤੇ ਮੇਰੇ ਕੋਲ 50 ਜਾਣੇ ਮੈਨੂੰ ਪਤਾ ਹੈ ਜਿੰਨਾਂ ਤੋਂ ਮੈਂ ਕੰਪਲੇਂਟਸ ਜਾ ਕੇ ਲੈ ਲੈਂਦਾ ਤੇ ਕੇਸ ਸ਼ੁਰੂ ਕਰ ਦਿੰਦਾ ਅਸੂਲਨ ਮੈਂ ਕਦੇ ਵੀ ਆਪਣੀ ਇੱਕ ਪ੍ਰੋਫੈਸ਼ਨਲ ਲਿਮਟ ਨੂੰ ਪਰਸਨਲ ਚੀਜ਼ ਦਾ ਟੱਚ ਨਹੀਂ ਦਿੱਤਾ ਇੱਕ ਫੈਕਟ ਹੈ ਤੁਹਾਡੇ ਦਰਸ਼ਕ ਵੀ ਇਹ ਚੀਜ਼ ਜਾਣਦੇ ਆ ਤਾਂ ਹੀ ਉਹ ਇੰਨਾ ਮੇਰੀ ਚੀਜ਼ਾਂ ਨੂੰ ਵੇਟੇਜ ਦਿੰਦੇ ਆ ਮੈਂ ਸੈਣੀ ਦੇ ਖਿਲਾਫ ਕਦੇ ਵੀ ਪਰਸਨਲ ਚੀਜ਼ ਵਿੱਚ ਆਉਣ ਨਹੀਂ ਦਿੱਤੀ ਜੇ ਮੈਂ ਉਹ ਪਰਸਨਲ ਹੋਣੀ ਹੁੰਦੀ ਤੇ ਮੈਂ ਲੋਕਾਂ ਦੇ ਘਰ ਜਾ ਕੇ ਕੰਪਲੇਨਸ ਲੈ ਸਕਦਾ ਤੁਸੀਂ ਇੰਨੀਆਂ ਚੀਜ਼ਾਂ ਗਿਨਾਤੀਆਂ ਆ ਆਈਟੀਈਡੀ ਸੀਬੀਆਈ ਹਾਈ ਕੋਰਟ ਸੁਪਰੀਮ ਕੋਰਟ ਵਿਜੀਲੈਂਸ ਪੰਜਾਬ ਪੁਲਿਸ ਸਾਰਾ ਕੁਝ ਤੁਸੀਂ ਗਿਨਾਤਾ ਦਰਸ਼ਕ ਸਾਹਿਬ ਇਹ ਨਫਾ ਪ੍ਰੀਟੀਕਲ ਵੈਂਡਰ ਟਮ ਬੰਨੀ ਹੈ ਜਿਵੇਂ ਮਿਸਟਰ ਸੈਣੀ ਕਹਿੰਦੇ ਹਮੇਸ਼ਾ ਦੇਖੋ ਸੈਣੀ ਦੀ ਝੂਠ ਬੋਲਣ ਦੀ ਆਦਤ ਹੈ ਜਿਵੇਂ ਤੁਸੀਂ ਮੈਨੂੰ ਸਵਾਲ ਪੁੱਛਿਆ ਹੈ ਕਿ ਕਿਸੇ ਲਾਇਰ ਨੂੰ ਮੈਂ ਰੋਕਿਆ ਹੈ ਕਿ ਤੁਸੀਂ ਨਾ ਸੈਣੀ ਲਈ ਪੇਸ਼ ਹੋ ਜਾਂ ਸੈਣੀ ਸੌਰੀ ਅਗੇਂਸਟ ਨਾ ਪੇਸ਼ ਹੋ ਕਿ ਮੈਂ ਕਦੇ ਕਿਸੇ ਨੂੰ ਜਾ ਕੇ ਕਿਹਾ ਤੁਸੀਂ ਸੈਣੀ ਦੇ ਖਿਲਾਫ ਕੰਪਲੇਂਟ ਲਿਆਓ ਸ਼ੁਰੂ ਕਰੋ ਮੈਂ ਕਿਸੇ ਤੇ ਕਾਲ ਨਹੀਂ ਗਿਆ ਮਲਤਾਨੀ ਫੈਮਲੀ ਮੇਰੇ ਕੋਲ ਲਈ ਮੈਂ ਕੇਸ ਸ਼ੁਰੂ ਕਰਤਾ ਬੁੱਲਰ ਫੈਮਲੀ ਦੀ ਲਈ ਮੈਂ ਜੇ ਲੜਿਆ ਐ ਅਸਿਸਟੈਂਟ ਮਿਸਟਰ ਬਾਲਗੋਪਾਲ ਉਹਨਾਂ ਦਾ ਕੇਸ ਮੁਕਿਆ ਫੈਮਲੀ ਨੇ ਕੰਪਲੇਂਟ ਨਹੀਂ ਦਿੱਤੀ ਆਈ ਡਿਡਨਟ ਡੂ ਐਨੀਥਿੰਗ ਉਸ ਜਿਹੜਾ ਤੁਸੀਂ ਆਹ ਕੁਐਸਚਨ ਪੁੱਛ ਰਹੇ ਹੋ ਸੈਣੀ ਦਾ ਵੈਂਡੇਟਾ ਸੈਣੀ ਦੇ ਵੈਂਡੇਟਾ ਵਾਲੀ ਬੜੀ ਸਿੰਪਲ ਜੀ ਗੱਲ ਹੈ ਸਾਰੀ ਏਜੰਸੀਜ਼ ਭਾਵੇਂ ਗਵਰਨਮੈਂਟ ਆਫ ਇੰਡੀਆ ਦੀ ਨੇ ਭਾਵੇਂ ਹਾਈ ਕੋਰਟ ਦੇ ਜੱਜਸ ਰਹੇ ਨੇ ਭਾਵੇਂ ਚੀਫ ਜਸਟਿਸ ਰਹੇ ਨੇ ਸਾਰਿਆਂ ਨੇ ਸੈਣੀ ਦੇ ਖਿਲਾਫ ਸਟ੍ਰਕਚਰ ਪਾਸ ਕਰਤੇ ਅਜੇ ਵੀ ਸੈਣੀ ਕਲੀਨ ਹੈ ਯੂਨਾਈਟਿਡ ਨੇਸ਼ਨਜ਼ ਨੇ ਕਿਹਾ ਤਾਂ ਕਿ ਸੈਣੀ ਦੇ ਅਗੇਂਸਟ ਸੈਣੀ ਨੇ ਹਿਊਮਨ ਰਾਈਟਸ ਵਾਇਲੇਸ਼ਨਸ ਕੀਤੀਆਂ ਮੈਂ ਐਕਸਪਲੈਨ ਕਰਲਾਂ ਤੁਹਾਨੂੰ ਹਾਂਜੀ ਮਿਸਟਰ ਸੈਣੀ ਨੇ ਕਦੇ ਯੂਨ ਦੇ ਖਿਲਾਫ ਜਾਂ ਸੀਬੀਏ ਦੇ ਖਿਲਾਫ ਕਦੇ ਲੜਾਈ ਲੜੀ ਕਦੇ ਵੀ ਨਹੀਂ ਉਹੀ ਤਾਂ ਗੱਲ ਹੈ ਮਜ਼ੇਦਾਰ ਮੈਂ ਤਾਂ ਹੀ ਤਾਂ ਕਹਿ ਰਿਹਾ ਕਿ ਸੈਨੀਆਂ ਆਰਮਨਾਲ ਬੈਠ ਕੇ ਕਹਿੰਦਾ ਜੀ ਸਾਰੀ ਦੁਨੀਆ ਗਲਤ ਹੈ ਮੈਂ ਕੱਲਾ ਸਹੀ ਹਾਂ ਜਦੋਂ ਉਹਦੀ ਕੋਈ ਵੀ ਚੀਜ਼ ਨੂੰ ਤੁਸੀਂ ਕੁਐਸਚਨ ਕਰੋ ਤੇ ਸੈਨਿਕ ਕੋਲ ਜਵਾਬ ਹੁੰਦਾ ਨਹੀਂ ਉਸ ਚੀਜ਼ ਦਾ ਉਹ ਵੈਂਡਾਟਾ ਵੈਂਡਾਟਾ ਕਰਨ ਲੱਗ ਜਾਂਦਾ ਤੋਤੇ ਵਾਂਗੂ ਰਿਪੀਟ ਕਰਨ ਲੱਗ ਜਾਂਦਾ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੈਨਿਕ ਡਰਪੋਕ ਅਫਸਰ ਹੈ ਕਿਉਂਕਿ ਜੋ ਤੇ ਕੰਮ ਨੇ ਵਰਦੀ ਦੇ ਪ੍ਰਿੰਸੀਪਲਸ ਦੇ ਉਲਟ ਨੇ ਤੁਸੀਂ ਮੈਨੂੰ ਦੱਸੋ ਕਿਹੜਾ ਬੰਦਾ ਵਰਦੀ ਪਾ ਕੇ ਐਵੀਡੈਂਸ ਫੈਬ੍ਰिकेट ਕਰਕੇ ਬੰਦਿਆਂ ਨੂੰ ਐਲੀਮੀਨੇਟ ਕਰ ਰਿਹਾ ਹੈ ਤੁਸੀਂ ਡਰਪੋਖ ਵੀ ਕਹਿੰਨੇ ਹੋ ਸੈਣੀ ਨੂੰ ਚੂਹਾ ਵੀ ਕਹਿੰਨੇ ਹੋ ਸੈਣੀ ਨੂੰ ਤੁਸੀਂ ਬਹੁਤ ਕੁਝ ਕਹਿੰਨੇ ਹੋ ਮੈਂ ਤੁਹਾਡੇ ਬੜੀਆਂ ਇੰਟਰਸ ਹੁੰਦੀਆਂ ਜੀ ਔਰ ਮੈਂ ਉਸ ਵੇਲੇ ਦਾ ਕਹਿ ਰਿਹਾ ਜਦੋਂ ਇਹਨੂੰ ਰਿਲੀਫ ਮਿਲ ਰਿਹਾ ਸੀ ਤੇ ਵਿਕਸਪਾ ਉਹ ਜਿਹਨੂੰ ਤੁਸੀਂ ਡਰਪੋਖ ਕਹਿੰਨੇ ਹੋ ਜਿਹਨੂੰ ਤੁਸੀਂ ਚੂਹਾ ਕਹਿੰਨੇ ਹੋ ਉਹ ਸਾਰੀਆਂ ਕਾਨੂੰਨੀ ਅੜਚਣਾਂ ਨੂੰ ਦੂਰ ਕਰਦਾ ਹੋਇਆ ਬਾਹਰ ਆ ਜਾਂਦਾ ਸਰ ਵੇਖੋ ਕੇਸ ਪ੍ਰੋਸੀਕਿਊਸ਼ਨ ਨੇ ਬਣਾਉਣਾ ਹੈ ਠੀਕ ਹੈ ਮੈਂ ਕਿਉਂ ਬੁਸਦਿਲ ਕਹਿਣਾ ਮੈਂ ਉਹ ਵੀ ਪਹਿਲਾਂ ਚੀਜ਼ ਐਕਸਪਲੇਨ ਕਰਦਾ ਦੇਖੋ ਮੈਂ ਇੱਕ ਫੈਮਿਲੀ ਨੂੰ ਬਿਲੋਂਗ ਕਰਦਾ ਜਿੱਥੇ ਮੇਰੇ ਦਾਦਾ ਜੀ ਆਈਐਸ ਸੀਗੇ ਪਦਮਾਸ਼੍ਰੀ ਤੋਂ ਸਨਮਾਨਿਤ ਮੇਰੇ ਫਾਦਰ ਆਈਪੀਐਸ ਪਦਮਾਸ਼੍ਰੀ ਤੋਂ ਸਨਮਾਨਿਤ ਔਰ ਮੈਂ ਤੀਜੀ ਜਨਰੇਸ਼ਨ ਆਈਪੀਐਸ ਬਿਊਰੋਕਰਟ ਆਪਣੀ ਫੈਮਿਲੀ ਦਾ ਆਈਪੀਐਸ ਸਿਲੈਕਟ ਹੋਇਆ ਹੁਣ ਇੱਥੇ ਇੱਕ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਜਿਹੜੀ ਫੈਮਿਲੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਨਾ ਉਸ ਫੈਮਿਲੀ ਤੋਂ ਤੁਸੀਂ ਕੁਝ ਵੈਲਿਊ ਸਿੱਖੀ ਹੁੰਦੀ ਹੈ ਇੰਡੋਪਾਕ ਵਾਰ ਵੇਲੇ ਮੇਰੇ ਦਾਦਾ ਜੀ ਡੀਸੀਸੀ ਹੀ ਡਿਡ ਨੋਟ ਵੇਕੇਟ ਦ ਪ੍ਰੈਮਿਸਸਸ ਐਂਡ ਲੈਟ ਹਿਸ ਫੈਮਿਲੀ ਆਲਸੋ ਵੇਕੇਟ ਦ ਪ੍ਰੈਮਿਸਸਸ ਹੀ ਸੇਜ਼ ਮੈਂ ਵੀ ਇੱਥੇ ਰਹਾਂਗਾ ਮੇਰੀ ਫੈਮਿ ਪਬਲਿਕ ਸਰਵੈਂਟ ਮੇਜ ਡੀਸੀ ਵੀ ਹੈਗਾ ਮੇਰੀ ਫੈਮਿਲੀ ਇੱਥੋਂ ਨਹੀਂ ਜਾਊਗੀ ਦੇ ਵਿਲ ਬੀ ਅ ਪਾਰਟ ਆਫ ਵਾਟ ਏਵਰ ਵੀ ਆਰ ਡੂਇੰਗ ਥਿਸ ਇਜ਼ देयर ਕੰਟਰੀ ਉਹਨਾਂ ਨੂੰ ਉਸ ਚੀਜ਼ ਲਈ ਪਦਮਾਸ਼ਰੀ ਮਿਲਿਆ ਜਿਹੜਾ ਉਹਨੇ ਰੋਲ ਪਲੇ ਕੀਤਾ ਹੁਣ ਮੈਂ ਇਹ ਚੀਜ਼ ਕਿਉਂ ਦਰਸ਼ਕਾਂ ਸਾਹਮਣੇ ਰੱਖ ਰਿਹਾ ਜਦੋਂ ਫੈਮਿਲੀ ਦੇ ਵਿੱਚ ਤੁਸੀਂ ਆਪਣੀ ਇੱਕ ਫਰਜ਼ ਨਿਭਾਉਣਾ ਸਿੱਖਿਆ ਹੁੰਦਾ ਹੈ ਪਬਲਿਕ ਸਰਵਿਸ ਪਬਲਿਕ ਡਿਊਟੀ ਸਿੱਖੀ ਹੁੰਦੀ ਹੈ ਤੇ ਤੁਸੀਂ ਦੂਜੇ ਤੋਂ ਉਹੀ ਐਕਸਪੈਕਟ ਕਰਦੇ ਹੋ ਮੇਰੇ ਫਾਦਰ ਨੂੰ ਇੱਕ ਵਾਰੀ ਕਿਸੇ ਨੇ ਕਿਹਾ ਕਿ ਸਰ ਮੈਂ ਇੰਨੇ ਇਨਕਾਊਂਟਰਸ ਕੀਤੇ ਆ ਆਈ ਡੋਨਟ ਵਾਂਟ ਟੂ ਨੇਮ ਥੈਟ ਪਰਸਨ ਪੋਸਟ ਹਿਸ ਰਿਟਾਇਰਮੈਂਟ ਮੈਂ ਵੀ ਬੈਠਾ ਸੀ ਤੇ ਮੇਰੇ ਫਾਦਰ ਨੇ ਇੱਕ ਬੜਾ ਸੋਹਣਾ ਜਵਾਬ ਦਿੱਤਾ ਹੀ ਸੇਸ ਮੇਰੇ ਗੋਲੀ ਵੱਜੀ ਸੀ ਬਿਕੋਜ਼ ਇਟ ਵਾਸ ਅ ਕ੍ਰਾਸ ਫਾਇਰ ਮੈਂ ਕਦੇ ਇਨੋਸੈਂਟ ਤੇ ਗੋਲੀ ਨਹੀਂ ਚਲਾਈ ਜਦ ਲੋਕ ਤਾਂ ਕਈ ਤੁਹਾਡੇ ਫਾਦਰ ਤੇ ਇਲਜ਼ਾਮ ਲਾਉਂਦੇ ਜਿਹੜਾ ਮਰਜ਼ੀ ਲਾ ਲਵੇ ਦੇ ਆਰ ਮੋਸਟ ਵੈਲਕਮ ਟੂ ਕਮ ਇਨ ਦਾ ਕੋਰਟ ਦੇਖੋ ਮੈਂ ਆਪਣੇ ਫਾਦਰ ਤੇ ਆਮ ਪ੍ਰਾਊਡ ਆਫ ਵਾਟ ਹੀ ਇਜ਼ ਡਨ ਆਮ ਨਾਟ ਅਸ਼ੇਮਡ ਆਫ ਇਟ ਉਹਨਾਂ ਨੇ ਬੰਦੇ ਮਾਰੇ ਨਹੀਂ ਹੈ ਉਹਨਾਂ ਨੇ ਰੀਹੈਬਿਲਿਟੇਸ਼ਨ ਜੇ ਪਾਲਿਸੀ ਸੀ ਉਹਨਾਂ ਨੇ ਉਸ ਪਾਲਿਸੀ ਨੂੰ ਪਰਸੂ ਕੀਤਾ ਉਹਦੇ ਵਿੱਚ ਕੀ ਗਲਤ ਹੈ ਬੰਦੇ ਦੀ ਜਾਨ ਲੈਣਾ ਗਲਤ ਹੁੰਦਾ ਹੈ ਬੰਦੇ ਦੀ ਜਾਨ ਬਖਸ਼ਣਾ ਨਹੀਂ ਔਰ ਪਾਲਿਸੀ ਗਵਰਨਮੈਂਟ ਦੀ ਸੀ ਤੁਸੀਂ ਗੱਲ ਜ਼ਿੰਦਗੀ ਚ ਯਾਦ ਰੱਖੋ ਇਟ ਇਜ਼ ਵੈਰੀ ਈਜ਼ੀ ਟੂ ਰੇਜ਼ ਅ ਫਿੰਗਰ ਕਿਸੇ ਤੇ ਵੀ ਰੇਜ਼ ਕਰ ਲਓ ਹਮ ਪੰਜਾਬ ਸਰਕਾਰ ਵੱਲੋਂ ਕੇਸ ਹੋਇਆ ਸੀ ਸਾਰੀ ਤਫਤੀਸ਼ ਕਰ ਲਈ ਕੁਛ ਨਾ ਲੱਭਿਆ ਮੈਨੂੰ ਦੱਸੋ ਸੈਣੀ ਦੇ ਖਿਲਾਫ ਤੁਹਾਨੂੰ ਅੱਜ ਕਰਿਆ ਦਾ ਤੁਹਾਡੇ ਫਾਦਰ ਨੂੰ ਉੱਥੋਂ ਰੈਸਟ ਕਰਕੇ ਲਿਆ ਇਸ ਬਿਲਕੁਲ ਯਾਦ ਹੈ ਬਿਲਕੁਲ ਯਾਦ ਹੈ ਤੁਸੀਂ ਕਹਿੰਦੇ ਹੋ ਤੁਹਾਡੇ ਫਾਦਰ ਨੂੰ ਐਡਾ ਵੱਡਾ ਸਨਮਾਨ ਮਿਲਿਆ ਤੁਹਾਡੇ ਦਾਦਾ ਜੀ ਨੂੰ ਐਡਾ ਵੱਡਾ ਸਨਮਾਨ ਮਿਲਿਆ ਤੁਸੀਂ ਆਪ ਦੀ ਫੈਮਿਲੀ ਤੇ ਪ੍ਰਾਊਡ ਕਰਦੇ ਹੋ ਉਸ ਪ੍ਰਾਊਡ ਫੈਮਿਲੀ ਦੇ ਖਿਲਾਫ ਮਿਸਟਰ ਸੈਣੀ ਦੇ ਨਾਲ ਤੁਹਾਡੇ ਬਹੁਤ ਕਰੀਬੀ ਰਿਸ਼ਤੇ ਰਹੇ ਤੁਹਾਡੇ ਫਾਦਰ ਦੇ ਨਹੀਂ ਰਿਸ਼ਤੇ ਕਰੀਬੀ ਨਹੀਂ ਰਹੇ ਸੁਮੇਦ ਸੈਣੀ ਨੇ ਡਾਇਰੈਕਟਲੀ ਮੈਨੂੰ ਇੱਕ ਪੋਸਟਿੰਗ ਦੱਸੋ ਜਿਹੜੀ ਮੇਰੇ ਫਾਦਰ ਦੇ ਅੰਡਰ ਕੀਤੀ ਹੈ ਮਾਈ ਫਾਦਰ ਵਾਜ਼ਨ ਸੀ ਆਰਪੀ ਟਲ 96 ਦੋਸਤੀ ਨਹੀਂ ਰਹੀ ਆਪਸ ਵਿੱਚ ਨਹੀਂ ਨਹੀਂ ਜਾਣ ਪਛਾਣ ਸੀ ਦੇਖੋ ਸੈਣੀ ਨੇ ਮੇਰੇ ਫਾਦਰ ਦੇ ਬੇਸ ਤੇ ਡੈਲੀ ਐਗਜ਼ੈਂਪਸ਼ਨ ਲਈ ਹੈ ਉਹ ਸਾਨੂੰ ਕਦੋਂ ਪਤਾ ਲੱਗਿਆ ਜਦੋਂ ਡੈਲੀ ਟ੍ਰਾਇਲ ਦੇ ਵਿੱਚ ਇਹਦੀ ਚਿੱਠੀ ਸਾਹਮਣੇ ਆਈ ਕਿ ਇਹਨੇ ਉੱਥੇ ਐਗਜ਼ੈਂਪਸ਼ਨ ਲਈ ਆ ਕਿ ਜੀ ਮੈਨੂੰ ਤਾਂ ਮਿਸਟਰ ਵਿਰਕਨਲ ਬੰਬੇ ਟ੍ਰੀਟਮੈਂਟ ਲਈ ਜਾਣਾ ਹੈ ਮੈਨੂੰ ਦੱਸੋ ਇਹ ਮੇਰੇ ਫਾਦਰ ਨਾਲ ਟ੍ਰੀਟਮੈਂਟ ਲਈ ਕਦੋਂ ਗਿਆ ਮੇਰੇ ਫਾਦਰ ਮਹਾਰਾਸ਼ਟਰ ਕਾ ਆਰਡਰ ਦੇ ਸੀ ਇਹਨਾਂ ਦੀ ਜਦੋਂ ਕੈਂਸਰ ਦੀ ਸਰਜਰੀ ਹੋਈ ਹੈ ਇਹ ਉੱਥੇ ਇਕੱਲੇ ਸੀ ਮੇਰੇ ਮਦਰ ਨਾਲ ਸੀ ਮਤਲਬ ਮੈਂ ਤੇ ਮੇਰੀ ਸਿਸਟਰ ਚੰਡੀਗੜ੍ਹ ਸੀਗੇ ਆਈ ਵਾਸ ਸਟੱਡਿੰਗ ਲਾਅ ਐਟ ਦੈਟ ਟਾਈਮ ਪਰ ਸੈਨੀ ਇੱਥੇ ਆਈਜੀ ਵਿਜੀਲੈਂਸ ਪੋਸਟਡ ਸੀ ਰਵੀ ਸਿੱਧੂ ਕੇਸ ਹੋਇਆ ਉਸ ਵੇਲੇ ਜ਼ਰਾ ਡਿਟੇਲਸ ਚੈੱਕ ਕਰ ਲਓ ਸਰ ਮੈਂ ਇੱਕ ਛੋੜਾ ਬ੍ਰ ਮਿਸਟਰ ਵਿਰਕ ਦੀ ਭੂਮਿਕਾ ਕੀ ਹੈ ਕੀ ਹੈ ਸਮੀਰ ਸੈਣੀ ਦੇ ਕਿਹੜੇ ਕੇਸ ਹੈ ਜਿਨ੍ਹਾਂ ਵਿੱਚ ਮਿਸਟਰ ਵਿਰਕ ਦੀ ਭੂਮਿਕਾ ਹੈਗੀ ਹੈ ਤੇ ਇਹਨਾਂ ਸਾਰੇ ਸਵਾਲਾਂ 'ਤੇ ਸੂਬੇ ਦੀ ਸਿਆਸਤ ਲਗਾਤਾਰ ਤਪਦੀ ਪਈ ਹੈ ਇਸੇ ਕਰਕੇ ਸਵਾਲ ਇਹਨਾਂ ਨੂੰ ਪੁੱਛਣ ਲਾਜ਼ਮੀ ਹੈ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਪੁੱਛੂਗਾ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪ੍ਰਦੀਪ ਵਿਰਕ ਸਾਡੇ ਨਾਲ ਮੌਜੂਦ ਹੈਗੇ ਵਿਰਕ ਸਾਹਿਬ ਮਲਤਾਨੀ ਕੇਸ ਦਾ ਕੀ ਸਟੇਟਸ ਹੈ ਇਦੇ ਵਿੱਚ ਚਲਾਨ ਸੈਣੀ ਦੇ ਖਿਲਾਫ ਫਾਈਲ ਹੋ ਗਿਆ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਪੈਂਡਿੰਗ ਸੀ ਜੇ ਕੇ ਆਈ ਪੀ ਸਿੰਘ ਵਗੈਰਾ ਦੀ ਇਨਵੈਸਟੀਗੇਸ਼ਨ ਪੈਂਡਿੰਗ ਸੀ ਪ੍ਰੈਜੈਂਟ ਸਟੇਟਸ ਦੀ ਮੈਨੂੰ ਡਿਟੇਲ ਨਹੀਂ ਹੈ ਇਨਵੈਸਟੀਗੇਸ਼ਨ ਦੀ बिकॉज़ ਮੈਂ ਇਨਵੈਸਟੀਗੇਟਿਵ ਏਜੰਸੀ ਨਾਲ ਕੋਈ ਮਤਲਬ ਇੰਟਰੈਕਸ਼ਨ ਨਹੀਂ ਰੱਖਦਾ ਮੇਰਾ ਰੋਲ ਕੰਪਲੇਨੈਂਟ ਕਾਉਂਸਲ ਦੇ ਤੌਰ ਤੇ ਕੋਰਟ ਦੇ ਵਿੱਚ ਆਉਂਦਾ ਹੈ ਸੋ ਐਜ਼ ਆਫ ਨਾਓ ਕੋਰਟ ਦੇ ਵਿੱਚ ਸਟੇ ਹੋ ਰੱਖਿਆ ਹੈ ਮਾਟਰ ਪੰਜਾਬ ਦੀ ਵਜ੍ਹਾ ਕਰਕੇ ਹੋਇਆ ਦੇਖੋ ਵਜੇ ਨਹੀਂ ਪੰਜਾਬ ਗਵਰਨਮੈਂਟ ਨੂੰ ਜਦੋਂ ਕੋਰਟ ਦੇ ਵਿੱਚ ਅੱਗੇ ਹੋ ਰਹੀ ਸੀ ਦਲੀਲ ਕਿੰਦੀ ਕਿਹੜੀ ਦਲੀਲ ਕਰਕੇ ਹੋਇਆ ਮੈਂ ਉਹੀ ਦੱਸ ਰਿਹਾ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਕਿਹਾ ਕਿ ਜੀ ਅਸੀਂ ਚਲਾਨ ਟਰਾਂਸਲੇਟ ਕਰਕੇ ਪਲੇਸ ਔਨ ਰਿਕਾਰਡ ਕਰ ਦਿੰਦੇ ਹਾਂ ਸੋ ਸੈਨੀ ਦੇ ਲਾਇਰ ਦਾ ਕਹਿਣਾ ਸੀ ਜੀ ਟ੍ਰਾਇਲ ਕੋਰਟ ਉਹਨੇ ਚਾਰਜ ਨਾ ਫ੍ਰੀਮ ਕਰੇ ਸੋ ਪੰਜਾਬ ਗਵਰਨਮੈਂਟ ਗਿਵਨ ਉਹਬਜੈਕਸ਼ਨ ਕਿ ਜੀ ਠੀਕ ਹੈ ਐਜ਼ ਆਫ ਨਾਓ ਤੁਸੀਂ ਟ੍ਰਾਇਲ ਕੋਰਟ ਨੂੰ ਕਹਦੇ ਹੋ ਇੱਕ ਵਾਰੀ ਐਡਜਰਨ ਕਰ ਦੇਣ ਕੇਸ ਤੇ ਅਸੀਂ ਉਹਨੇ ਚਲਾਨ ਟਰਾਂਸਲੇਟ ਕਰਕੇ ਪਲੇਸ ਔਨ ਰਿਕਾਰਡ ਕਰ ਦਿੰਦੇ ਹਾਂ ਉਸ ਤੋਂ ਬਾਅਦ ਕੋਵਿਡ ਕਰਕੇ ਕੇਸ ਟ੍ਰਾਇਲ ਪ੍ਰੋਸੀਡਿੰਗਸ ਸਮਝੋ ਇੱਕ ਤਰ੍ਹਾਂ ਦੀਆਂ ਸਟੇਟ ਹੀ ਨੇ ਇੱਕ ਲੋਕਾਂ ਵਿੱਚ ਚਰਚਾ ਮੈਂ ਉਹ ਸਵਾਲ ਜ਼ਰੂਰ ਲਾਂ ਜੀ 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 ਲੋਕ ਕਹਿ ਰਹੇ ਆ ਮਿਸਟਰ ਸੈਣੀ ਨੂੰ ਪੰਜਾਬ ਸਰਕਾਰ ਬਚਾ ਰਹੀ ਹੈ ਅੱਛਾ ਤੁਸੀਂ ਕੀ ਕਹਿੰਦੇ ਵੇਖੋ ਜੇ ਸਰਕਾਰ ਬਚਾ ਰਹੀ ਹੁੰਦੀ ਮੈਂ ਇੱਕ ਬੜੀ ਐਜ਼ ਅ ਲਾਇਰ ਨਿਊਟਰਲ ਗੱਲ ਕਰ ਰਿਹਾ ਕਟਿੰਗ ਪਾਰਟੀ ਲਾਈਨਸ ਮੁਲਤਾਨੀ ਕੇਸ ਦੀ ਐਫ ਆਰ ਕੀ ਨੇ ਰਜਿਸਟਰ ਕੀਤੀ ਪੰਜਾਬ ਗਵਰਨਮੈਂਟ ਮਤਲਬ ਅਲਟੀਮੇਟਲੀ ਥਾਣੇ ਜੇ ਰਜਿਸਟਰ ਹੋਈ ਜੇ ਸਰਕਾਰ ਨੇ بچਾਉਣਾ ਹੁੰਦਾ ਪਰਚਾ ਨਾ ਦਰਜ ਹੁੰਦਾ ਮੇਰੇ ਕੋਲ ਮਲਤਾਨੀ ਫੈਮਿਲੀ ਪਰਚਾ ਦਰਜ ਹੋਣ ਤੋਂ ਬਾਅਦ ਆਈ ਹੈ ਜੇ ਗਵਰਨਮੈਂਟ ਨੇ بچਾਉਣਾ ਹੁੰਦਾ ਐਫਆਰ ਕਿਉਂ ਰਜਿਸਟਰ ਹੁੰਦੀ ਦੂਜੀ ਗੱਲ ਬਰਗਾੜੀ ਬਾਬਲ ਕਲਾਂ ਦੇ ਵਿੱਚ ਅਜੇ ਵੀ ਐਸਆਈਟੀ ਬਣੀ ਹੋਈ ਹੈ ਤਫਤੀਸ਼ ਚੱਲ ਰਹੀ ਹੈ ਚਲੋ ਮੈਂ ਬਰਗਾੜੀ ਬਾਬਲ ਕਲਾਂ ਵੀ ਸਾਈਡ ਤੇ ਕਰ ਦਿੰਦਾ ਜਿਹੜਾ ਮਲਤਾਨੀ ਕੇਸ ਦੇ ਵਿੱਚ ਐਗਜ਼ਿਸਟ ਸਤੀਰਤ ਸਿੰਘ ਠਾਕੁਰ ਦੀ ਚਿੱਠੀ ਦੇ ਉੱਤੇ ਨਿਮਰਤ ਸੈਣੀ ਦਾ ਲਿੰਕ ਹਾਈਲਾਈਟ ਹੋ ਗਿਆ ਉਹ ਵਿਜੀਲੈਂਸ ਨੇ ਐਫ ਆਈ ਆਰ ਕਰਕੇ ਉਹਦੀਆਂ ਕਿੰਨੀਆਂ ਡੀਟੇਲਸ ਕੱਢਤੀਆਂ ਜਿਹੜੀਆਂ ਨਾ ਮੇਰੇ ਕੋਲ ਸੀਗੀਆਂ ਨਾ ਤੁਹਾਡੇ ਕੋਲ ਨਾ ਤੁਹਾਡੇ ਦਰਸ਼ਕਾਂ ਕੋਲ ਸੈਨੀ ਤੇ ਨਿਮਰਤ ਦਾ ਕਿੰਨਾ ਛੱਟਾ ਵਿਜੀਲੈਂਸ ਨੇ ਕੱਢਤਾ ਜੇ ਸਰਕਾਰ ਇਹਨੂੰ ਵਿਚਾਰੀ ਹੁੰਦੀ ਕਦੇ ਇਨਵੈਸਟੀਗੇਸ਼ਨਸ ਨਾ ਹੁੰਦੀਆਂ ਜੇ ਇਨਵੈਸਟੀਗੇਸ਼ਨਸ ਨਾ ਹੁੰਦੀਆਂ ਤੇ ਈਡੀ ਤੇ ਇਨਕਮ ਟੈਕਸ ਦਾ ਸੈਨੀ ਨੂੰ ਕਦੇ ਉਹਨਾਂ ਦੇ ਉਹ ਪਾਸੇ ਦਾ ਕਰ ਲੈਣਿਆ ਸਰਕਾਰ ਨਹੀਂ ਵਿਚਾਰੀ ਤੁਸੀਂ ਕਹਿ ਰਹੇ ਹੋ ਪੁਰਾਣੇ ਸਾਥੀ ਅਫਸਰ ਵਿਚਾਰ ਰਿਹਾ ਦੇਖੋ ਅਫਸਰਾਂ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਹੋਣਗੇ ਬਿਹਾਈਂਡ ਦ ਸੀਨ ਜਿਹੜੇ ਭਾਜ ਤੋਂੜੇ ਦੇ ਲਈ ਕਰ ਰਹੇ ਹੋਣਗੇ ਉਹਦਾ ਕਾਰਨ ਜਿਹੜੇ ਵੀ ਇਹੋ ਜਿਹੇ ਆਫੀਸਰਸ ਹੋਣਗੇ ਉਹਨਾਂ ਨੂੰ ਤੁਸੀਂ ਜੇ ਸਾਈਡ ਪੋਸਟਿੰਗ ਤੇ ਵੀ ਲਾ ਦਿਓ ਜਾਂ ਸੀਨ ਤੋਂ ਵੀ ਹਟਾ ਦਿਓ ਜਾਂ ਉਹ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਦਾ ਪਾਰਟ ਨਾ ਬਣਾਓ ਉਹ ਰੋਲ ਤਾਂ ਵੀ ਹੈਂਡ ਦਾ ਸੀਨ ਪਲੇ ਕਰ ਹੀ ਲੈਂਦੇ ਹਨਾ ਕਿਉਂਕਿ ਸੈਨੀਆਂ ਆਫਟਰ ਆਲ ਉਹਦੇ ਵੀ ਤਾਂ ਬੰਦੇ ਵਿੱਚ ਹੋਣਗੇ ਨਾ ਫੋਰਸ ਤੇ ਹੁਣ ਜੇ ਮੰਨ ਲਓ ਵਿਜੀਲੈਂਸ ਨੇ ਕਿਤੇ ਰੇਡ ਮਾਰਨੀ ਆ ਕਿਸੇ ਨੂੰ ਪਤਾ ਲੱਗੇ ਉਹਨੇ ਕਨਵੇ ਕਰਤਾ ਦੱਸਣ ਵਾਲਾ ਤਾਂ ਕੋਈ ਕਨਸਟੇਬਲ ਵੀ ਹੋ ਸਕਦਾ ਕੋਈ ਸੀਨੀਅਰ ਅਫਸਰ ਵੀ ਹੋ ਸਕਦਾ ਪਰ ਮੈਂ ਨਹੀਂ ਕਹਿੰਦਾ ਵਿਜੀਲੈਂਸ ਵਾਲੇ ਹੋਣਗੇ ਉਹ ਨਹੀਂ ਜਿਹੜਾ ਹੁਣ ਪਿੱਛੇ ਜ ਮਿਸਟਰ ਸਿਆਣੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿੰਦੇ ਵਿੱਚ ਬੜੀਆਂ ਫੋਟੋਸ ਬਾਹਰ ਆਈਆਂ ਜਿਹਨੂੰ ਲੋਕਾਂ ਨੇ ਫੋਟੋ ਸੈਸ਼ਨ ਵੀ ਕਹਿ ਦਿੱਤਾ ਜੀ ਉਸ ਵਿੱਚ ਵਿਜੀਲੈਂਸ ਦੀ ਭੂਮਿਕਾ ਨੂੰ ਤੁਸੀਂ ਸਲੂਟ ਕਰਦੇ ਹੋ ਬਹੁਤ ਵਧੀਆ ਭੂਮਿਕਾ ਸੀ ਵਿਜੀਲੈਂਸ ਦੀ ਦੇਖੋ ਵਿਜੀਲੈਂਸ ਨੇ ਅਰੈਸਟ ਕੀਤਾ ਪਹਿਲੀ ਗੱਲ ਤਾਂ 8 ਵਜੇ ਕਿਉਂ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ ਹੈ ਉਹ ਚੀਜ਼ ਤਾਂ ਮੈਂ ਐਕਸਪ ਔਰ ਜੋ ਵਿਜੀਲੈਂਸ ਨੇ ਅरेस्ट ਕਰਕੇ ਜੋ ਕੋਰਟ ਦੇ ਵਿੱਚ ਨਹੀਂ ਡਿਫੈਂਡ ਹੋਇਆ ਜਾਂ ਜਿਹਨੂੰ ਹੁਣੇ ਚੈਲੰਜ ਕਰਨ ਦੀ ਪਲਾਨ ਕਰ ਰਹੀ ਹੈ ਉਹਨਾਂ ਚੀਜ਼ਾਂ ਤੋਂ ਬਾਅਦ ਕਿਹਦਾ ਕੀ ਰੋਲ ਹੈ ਉਹ ਤਾਂ ਸਰਕਾਰ ਦੱਸ ਸਕਦੀ ਹੈ ਮੈਂ ਤਾਂ ਸਿਰਫ ਇਸ ਚੀਜ਼ ਤੇ ਇੱਕ ਐਪਰੀਸ਼ੀਏਬਲ ਚੀਜ਼ ਕਹਿਣਾ ਕਿ ਜਿਹੜੀ ਇਹਨਾਂ ਨੇ ਐਫਆਈਆਰ ਰਜਿਸਟਰ ਕਰਕੇ ਸੈਣੀ ਦੇ ਇੱਕ ਕ腐ਸ਼ਨ ਦੀ ਚੀਜ਼ ਐਕਸਪੋਜ਼ ਕਰਤੀ ਜਿਹੜੀ ਪਬਲਿਕ ਦੇ ਸਾਹਮਣੇ ਨਹੀਂ ਆਈ ਸੀ ਹੁਣ ਛੋਟੀ ਜਿਹੀ ਐਗਜ਼ਾਮਪਲ ਲਓ ਅਮਨ ਸਕੋਡਾ ਕੇਸ ਅਜੇ ਵੀ ਪੈਂਡਿੰਗ ਹੈ ਪੂਰੀ ਤਫਤੀਸ਼ ਨਹੀਂ ਹੋਈ ਠੀਕ ਹੈ ਹੁਣ ਜੇ ਉਹ ਕੰਪਲੇਨੈਂਟ ਅੱਗੇ ਨਹੀਂ ਆਉਂਦਾ ਜਾਂ ਹੋਰ ਲੋਕੀ ਉਹ ਕੰਪਲੇਂਟਸ ਲੈ ਕੇ ਅੱਗੇ ਨਹੀਂ ਆਉਂਦੇ ਤੇ ਆਪਾਂ ਕਿਹਨੂੰ ਬਲੇਮ ਕਰਾਂਗੇ ਆਪਾਂ ਕੀ ਕਵਾਂਗੇ ਕਿ ਜੀ ਸਰਕਾਰ ਵਿਚਾਰੀ ਹੈ ਨਹੀਂ ਉਸੇ ਤਰ੍ਹਾਂ ਇੱਥੇ ਮਟੀਰੀਅਲ ਸਾਹਮਣੇ ਆਇਆ ਉਹਨਾਂ ਨੇ ਪਰਚਾ ਤਾਂ ਦਰਜ ਕਰਤਾ ਅ ਅਰੈਸਟ ਦੇ ਵਿੱਚ ਪ੍ਰੋਬਲਮ ਹੋ ਗਈ ਕੋਰਟ ਨੇ ਛੱਡਣ ਲਈ ਕਿਹਾ ਤਾਂ ਜਾਂ ਕੁਝ ਵੀ ਹੋ ਗਿਆ ਕੇਸ ਤਾਂ ਰਜਿਸਟਰ ਹੋਇਆ ਉਹਦੀ ਕ腐ਸ਼ਨ ਤਾਂ ਐਕਸਪਲਿਜੈਂਸ ਨੇ ਗਲਤੀ ਕੀਤੀ ਅਰੈਸਟ ਕਰਕੇ ਦੇਖੋ ਕੋਰਟ ਦਾ ਆਰਡਰ ਹੈ ਜਦੋਂ ਤੱਕ ਉਹ ਆਰਡਰ ਸੈਟੀਸਾਈਫਾਈ ਨਹੀਂ ਹੁੰਦਾ ਤੇ ਵਿਜੀਲੈਂਸ ਦੇ ਖਿਲਾਫ ਫਾਈਂਡਿੰਗ ਸਟੈਂਡ ਕਰ ਰਹੀ ਹੈ ਸੋ ਇਸ ਕਰਕੇ ਉਹ ਆਰਡਰ ਐਜ਼ ਆਫ ਨਾਊ ਤਾਂ ਐਪਲੀਕੇਬਲ ਹੈ ਕਿ ਵਿਜੀਲੈਂਸ ਨੇ ਜੋ ਅਰੈਸਟ ਕੀਤਾ ਹੈ ਉਹ ਅਰੈਸਟ ਇਲੈਗਲ ਸੀ ਇਹ ਕੋਰਟ ਦੀ ਫਾਈਨਡਿੰਗ ਹੈ ਇਹ ਉਦੋਂ ਤੱਕ ਐਕਸਟੈਂਡ ਕਰ ਰਹੀ ਹੈ ਜਦੋਂ ਤੱਕ ਸੈਟਲਸਾਈਡ ਨਹੀਂ ਹੁੰਦੀ ਨਹੀਂ ਜੇ ਵਿਜੀਲੈਂਸ ਨੇ ਅਰੈਸਟ ਕਰ ਲਿਆ ਸੀ ਕਿ ਇਮੀਡੀਏਟਲੀ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾ ਸਕਦਾ ਸੀ ਨਹੀਂ 1 ਵੀਕ ਐਡਵਾਂਸ ਨੋਟਿਸ ਦਾ ਇੱਥੇ ਇਸ਼ੂ ਸੀ ਨਾ ਕਿ ਉਹ ਦੇਣਾ ਮੰਡੈਟਰੀ ਸੀ ਕਿ ਨਹੀਂ ਸੀ ਉਹਨੂੰ ਬਲੈਂਕਟ ਵੇਅ ਮੰਨਿਆ ਜਾਵੇ ਕਿ ਮੰਨਿਆ ਜਾਵੇ ਆ ਬਲੈਂਕਟ ਵੇਅ ਨਹੀਂ ਐਗਜ਼ੈਕਟਲੀ ਜੀ ਇਹਦੇ ਵਿੱਚ 1 ਵੀਕ ਐਡਵਾਂਸ ਨੋਟਿਸ ਉਹਨੂੰ ਕਹਿੰਦੇ ਕਿ ਜਿਹੜੇ ਵੀ ਨਵੇਂ ਕੇਸ ਦੇ ਵਿੱਚ ਉਹ ਕਹਿ ਰਿਹਾ ਹੁਣ ਉਹ ਨੋਟਿਸ ਦਿੱਤਾ ਜਾਂ ਨਹੀਂ ਦਿੱਤਾ ਜਾਂ ਕੀ ਉਹਦੀਆਂ ਡੀਟੇਲ ਸੀ ਬਿਕੋਜ਼ ਆਬਵੀਅਸਲੀ ਵਿਜੀਲੈਂਸ ਨੇ ਵੀ ਐਨੀ ਵੱਡੀ ਗਲਤੀ ਤਾਂ ਨਹੀਂ ਕਰਨੀ ਸੀ ਨਾ ਕਿ ਸਿੱਧਾ ਅਰੈਸਟ ਕਰ ਲੈਂਦੇ ਨੋਟਿਸ ਨਹੀਂ ਦਿੱਤਾ ਹੋਵੇ ਆਬਵੀਅਸਲੀ ਉਹਨਾਂ ਨੂੰ ਲੱਗਿਆ ਹੋਣਾ ਕਿ ਇਹ ਉਸ ਬ੍ਰੈਕਟ ਆਫ ਕੇਸਸ ਜੋ ਬਾਹਰ ਹੈ ਉਹ ਟਾਈਮ ਪੀਰੀਅਡ ਜੋ ਬਾਹਰ ਹੈ ਜਿਸ ਦੇ ਵਿੱਚ ਸੈਣੀ ਨੂੰ ਨੋਟਿਸ ਨਹੀਂ ਦੀ ਲੋੜ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੇ ਹੋਰ ਵੱਡੇ ਕੇਸਸ ਹੈ ਉਹਨਾਂ ਨੂੰ ਪਾਸੇ ਰੱਖ ਕੇ ਇੱਕ ਉਸ ਕੇਸ ਨੂੰ ਹੱਥ ਪਾਇਆਗਾ ਜਿੰਦੇ ਵਿੱਚ ਮਿਸਟਰ ਸੈਣੀ ਨੂੰ ਜਲਦੀ ਰਾਹਤ ਮਿਲ ਸਕਦੀ ਸੀ ਨੇ ਮੈਂ ਉਹ ਚੀਜ਼ ਨਹੀਂ ਕਵਾਂਗਾ ਵੇਖੋ ਸਾਰੇ ਕੇਸਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮਲਤਾਨੀ ਕੇਸ ਦੀ ਚੱਲ ਰਹੀ ਹੈ। ਰਾਦਰ ਮੈਂ ਵਿਜੀਲੈਂਸ ਦੇ ਕੇਸ ਦੀ ਇੱਕ ਬਹੁਤ ਇੰਪੋਰਟੈਂਸ ਗਿੰਦਾ ਜੇ ਤੁਸੀਂ ਐਜ਼ ਅ ਲਾਇਰ ਮੈਨੂੰ ਪੁੱਛੋ ਉਸ ਚੀਜ਼ ਤੇ ਸੈਣੀ ਦੀ ਕਿਲਿੰਗਸ ਬਾਰੇ ਇਨੋਸੈਂਟ ਲੋਕਾਂ ਦੀਆਂ ਕਿਲਿੰਗਸ ਬਾਰੇ ਬਹੁਤ ਚੀਜ਼ਾਂ ਤੁਹਾਨੂੰ ਮਿਲਣਗੀਆਂ। ਹੁਣ ਅਸੀਂ ਸੀਬੀਆ ਦਾ ਕੇਸ ਲੈ ਲਈ ਹੈ ਮਲਤਾਨੀ ਕੇਸ ਲੈ ਰਹੀ ਹੈ ਪੁੱਲਰ ਕੇਸ ਲੈ ਲਈਏ। ਜਾਂ YouTube ਤੇ ਪਾਈਆਂ ਲੋਕਾਂ ਦੀਆਂ ਇੰਟਰਵਿਊਜ਼ ਲੈ ਲਈਏ। ਕਿਤੇ ਨਾ ਕਿਤੇ ਸੈਣੀ ਦੇ ਅਗੇਂਸਟ ਇਨੋਸੈਂਟ ਲੋਕਾਂ ਦੇ ਕਤਲ ਦਾ ਕੇਸ ਦਾ ਜ਼ਿਕਰ ਹੋਂਦ ਆਇਆ। ਇਹਦੀ ਕਰਪਸ਼ਨ ਬਾਰੇ ਲੋਕੀ ਨਹੀਂ ਬੋਲ ਰਹੇ ਸੀ। ਉਹਦੇ ਤੇ ਲੋਕੀ ਚੁੱਪ ਰਹਿ ਰਹੇ ਸੀ ਭਾਵੇਂ ਅਮਨ ਸਕਵਾੜਾ ਕੇਸ ਦੇ ਵਿੱਚ ਇਹਦੀ ਕਰਪਸ਼ਨ ਦਾ ਬਹੁਤ ਮੁੱਦਾ ਉੱਠਿਆ ਸੀ। ਹੁਣ ਅੱਜ ਉਹੀ ਚੀਜ਼ ਸਾਹਮਣੇ ਆ ਗਈ ਨਾ ਕਿ ਕਿੰਨੀ ਇਹਨੇ ਕਰਪਸ਼ਨ ਕੀਤੀ ਹੈ। ਕਿਸ ਤਰ੍ਹਾਂ ਇਹਨੇ ਜੱਜਸ ਨੂੰ ਇੰਟਰਮੀਡੀਏਟ ਕੀਤਾ ਉਹ ਸਾਰਾ ਕੁਝ ਇਸ ਕੇਸ ਦੇ ਵਿੱਚ ਬਾਹਰ ਆਉਣਾ ਸ਼ੁਰੂ ਹੋ ਗਿਆ। ਪਰ ਸਵਾਲ ਜੁਡੀਸ਼ਰੀ ਤੇ ਵੀ ਉੱਠ ਰਹੇ ਆ। ਜੁਡੀਸ਼ਰੀ ਸਵਾਲ ਚੁੱਕੇ ਨਹੀਂ ਜਾਂਦੇ ਆਮ ਤੌਰ ਤੇ। ਪਰ ਲੋਕਾਂ ਵਿੱਚ ਚਰਚਾ ਹੈ ਕਿ ਸਾਡੇ ਕੇਸਸ ਇੰਨੇ ਦਿਨ ਦੇ ਪੈਂਡਿੰਗ ਪਏ ਆ ਪਰ ਜਦੋਂ ਮਿਸਟਰ ਸੈਣੀ ਦਾ ਕੇਸ ਹੁੰਦਾ ਉਦੋਂ ਅਦਾਲਤਾਂ ਜਲਦੀ ਵੀ ਖੋਲਦੀਆਂ ਤੇ ਜੁਡੀਸ਼ੀ ਸਿਸਟਮ ਹੈ ਜਿਹੜਾ ਉਨਤੇ ਲੋਕ ਉਂਗਲਾਂ ਵੀ ਚੱਕਦੇ ਪਏ ਆ ਵੇਖੋ ਇੱਕ ਚੀਜ਼ ਆਪਾਂ ਕਦੇ ਨਾ ਭੁੱਲੀਏ ਕਈ ਵਾਰੀ ਕੋਈ ਕੇਸ ਇਹੋ ਜੇ ਸਰਕਮਸਟੈਂਸਸ ਦੇ ਵਿੱਚ ਇੱਕ ਸਪੈਸ਼ਲ ਕੇਸ ਬਣ ਜਾਂਦਾ ਹੈ ਇਹ ਕੇਸ ਸਪੈਸ਼ਲ ਕੇਸ ਕਿਉਂ ਬਣ ਗਿਆ ਬਿਕੋਜ਼ ਇੱਥੇ ਇਸ਼ੂ ਆਇਆ ਕਿ ਹਾਈ ਕੋਰਟ ਦੀ ਡਾਇਰੈਕਸ਼ਨ ਨੂੰ ਨਹੀਂ ਮੰਨਿਆ ਗਿਆ ਇੱਥੇ ਮੁੱਦਾ ਕੀ ਬਣ ਗਿਆ ਕੋਰਟ ਦੇ ਸਾਹਮਣੇ ਕਿ ਕਿ 7 ਦਿਨ ਦਾ ਨੋਟਿਸ ਦੇਣ ਤੋਂ ਬਾਅਦ ਉਹਨੂੰ ਅਰੈਸਟ ਕਰਨਾ ਇੱਕ ਔਰ ਇਹ ਹੈਬੀਅਸ ਕੋਰਪਸ ਦੀ ਪਟੀਸ਼ਨ ਇਹਨਾਂ ਨੇ ਫਾਈਲ ਕੀਤੀ ਜਿਹੜੀ ਹੈਬੀਅਸ ਕੋਰਪਸ ਦੀ ਪਟੀਸ਼ਨ ਹੁੰਦੀ ਹੈ ਜੇ ਤੁਸੀਂ ਫਾਈਲ ਕਰੋ ਜੱਜ ਸਾਹਿਬ ਦੇ ਘਰ ਜਾ ਕੇ ਵੀ ਸੁਣਵਾਈ ਹੁੰਦੀ ਹੈ ਇਹਦੇ ਵਿੱਚ ਉਹ ਇਲੀਗਲ ਡਿਟੈਂਸ਼ਨ ਰਿਗਾਰਡਿੰਗ ਹੁੰਦੀ ਹੈ ਸੋ ਉਹ ਫਾਈਲ ਇਹਨਾਂ ਨੇ ਕੀਤੀ ਉਹਦੇ ਵਿੱਚ ਹੀ ਆਰਡਰ ਆਇਆ ਸੋ ਜੇ ਕੋਰਟ ਇਹ ਗੱਲ ਮੰਨਦਾ ਪਿਆ ਵੀ ਅ ਇਸ ਕੇਸ ਦੇ ਵਿੱਚ ਨਹੀਂ ਅਰੈਸਟ ਕੀਤੀ ਜਾ ਸਕਦੀ ਸੀ ਇੱਕ ਹਫਤਾ ਪਹਿਲਾਂ ਨੋਟਿਸ ਦੇਣਾ ਬੰਦਾ ਸੀਗਾ ਜਿਸ ਤਰੀਕੇ ਨਾਲ ਹਾਈ ਕੋਰਟ ਦੇ ਆਰਡਰ ਸੀ ਜੀ ਇਹਨੂੰ ਫਿਰ ਜੇ ਸੈਣੀ ਨੇ ਵੈਂਡੈਟਾ ਕਹਤਾ ਫਿਰ ਕੀ ਗਲਤ ਕਹਤਾ ਦੇਖੋ ਇੱਕ ਪਹਿਲੀ ਗੱਲ ਤਾਂ ਜੇ ਲੈਪਸ ਹੋਇਆ ਹੈ ਚੀਜ਼ ਕਿ ਇਹ ਉਸ ਬ੍ਰੈਕਟ ਦੇ ਵਿੱਚ ਆਉਂਦਾ ਹੈ ਕੇਸ ਕਿ ਨਹੀਂ ਆਉਂਦਾ ਉਹਨੂੰ ਵੈਂਡੈਟਾ ਦਾ ਸੀ ਟਰਨ ਨਹੀਂ ਦੇ ਸਕਦੇ ਹੂੰ ਦੂਜੀ ਗੱਲ ਕੀ ਕ腐ਸ਼ਨ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਜਸਟੀਫਾਈ ਕਰ ਸਕਦੇ ਹੋ ਇੱਥੇ ਕੀ ਆ ਰਿਹਾ ਹੈ ਕਿ ਸੈਣੀ ਨੇ ਨਾ ਸਿਰਫ ਕਰਪਸ਼ਨ ਕੀਤੀ ਹੈ ਉਹਨੇ ਇੱਕ ਡਾਕੂਮੈਂਟ ਵੀ ਫੈਬ੍ਰੀਕੇਟ ਕੀਤਾ ਹੈ ਲੀਜ਼ ਡੀਡ ਫੈਬ੍ਰੀਕੇਟ ਕੀਤੀ ਹੈ ਝੂਠੀ ਲੀਜ਼ ਡੀਡ ਬਣਾਈ ਹੈ ਜੇ ਅਸੀਂ ਉਹ ਲੀਜ਼ ਡੀਡ ਨੂੰ ਕੰਸੀਡਰ ਕਰੀਏ ਤੇ ਕੀ ਇੱਕ ਡੀਜੀਪੀ ਦਾ ਡਾਕੂਮੈਂਟ ਫੈਬ੍ਰੀਕੇਟ ਕਰਨਾ ਇੱਕ ਛੋਟੀ ਚੀਜ਼ ਹੈ ਨਹੀਂ ਉਹ ਡੈਫੀਨਟਲੀ ਤਫਤੀਸ਼ ਹੋਊਗੀ ਕਿਉਂ ਉਹਨੂੰ ਕਰਨਾ ਪਿਆ ਇਨਕਮ ਟੈਕਸ ਤੋਂ ਬਚਣ ਲਈ ਉਹਨੇ ਕੋਸ਼ਿਸ਼ਾਂ ਕੀਤੀਆਂ ਈਡੀ ਤੋਂ ਬਚਣ ਲਈ ਕੀਤੀਆਂ ਬੈਕਡੇਟਿਡ ਇੱਕ ਫਰਜ਼ੀ ਡਾਕੂਮੈਂਟ ਬਣਾਇਆ ਉਹ ਸਾਰੀ ਚੀਜ਼ਾਂ ਤੇ ਐਕਸ਼ਨ ਹੋਊਗਾ ਹੁਣ ਉਹਨਾਂ ਚੀਜ਼ਾਂ ਨੂੰ ਸੈਨੀ ਵੈਂਡਟਾ ਕਹਿੰਦਾ ਉਹ ਆਪਣੇ ਐਕਟ ਨੂੰ ਨਹੀਂ ਕਹਿੰਦਾ ਕਿ ਮੈਂ ਇੱਕ ਲੀਗਲ ਕੰਮ ਕੀਤਾ ਉਹਦੇ ਤੇ ਐਕਟ ਮੈਂ ਜੋ ਮਰਜ਼ੀ ਕੀਤਾ ਹੋਵੇ ਜੇ ਮੈਨੂੰ ਸਵਾਲ ਪੁੱਛੋਗੇ ਤੇ ਉਹ ਵੈਂਡਟ ਹੈ ਚਲ ਇੱਕ ਹੋਰ ਇੱਕ ਹੋਰ ਮੈਂ ਛੋਟਾ ਜਿਹਾ ਬ੍ਰੇਕ ਲੈ ਲਵਾਂ ਬੈਠ ਤੋ ਵਾਪਸ ਆਮ ਕੇ ਵਿਰਕ ਸਾਹਿਬ ਤੋਂ ਹੋਰ ਵੀ ਸਵਾਲ ਲੈਣੇ ਜ਼ਰੂਰੀ ਹੈ ਸਵਾਲੇ ਵੀ ਹੋਣਾ ਚਾਹੀਦਾ ਹੈ ਕੋਟਪੂਰਾ ਬਹਿਵਲ ਕਲਾ ਗੋਲੀकांड ਜਿਹੜਾ ਕਿ ਡੀਜੀਪੀ ਸੁਮੇਸ਼ ਸ਼ੈਣੀ ਦੇ ਹੁੰਦਿਆਂ ਇਹ ਸਭ ਕੁਝ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਅਹੁਦੇ ਤੋਂ ਹੱਥ ਵੀ ਤੋਂ ਨੇ ਪਏ ਪਰ ਇੱਥੋਂ ਤੱਕ ਹੀ ਇਹ ਸਭ ਕੁਝ ਜੈਸ ਤੋਂ ਅੱਗੇ ਵੀ ਕੁਝ ਹੋਇਆਗਾ ਵਾਪਸ ਆ ਕੇ ਪੁੱਛੂਗਾ ਇੱਕ ਵਾਰ ਫੇਰ ਥੋੜਾ ਸਵਾਦ ਕਰਤੇ ਹਾਂ ਪ੍ਰਦੀਪ ਵਿਰਕ ਐਡਵੋਕੇਟ ਸਾਡਾ ਮੌਜੂਦ ਹੈ ਵਿਰਕ ਸਾਹਿਬ ਕੋਟਪੂਰਾ ਬੇਵਲ ਕਲਾ ਗੋਲੀकांड ਦਾ ਜ਼ਿਕਰ ਹੁੰਦਾ ਸੈਣੀ ਦਾ ਜ਼ਿਕਰ ਹੁੰਦਾ ਸੈਣੀ ਉਸ ਉੱਤੇ ਡੀਜੀਪੀ ਸੀ ਮੇਰਾ ਸਵਾਲ ਹੈ ਵਿਕ ਸਾਹਿਬ ਮੈਂ ਮਿਸਟਰ ਸੈਣੀ ਦੀ ਗੱਲ ਬਾਤ ਕਰੂੰਗਾ ਮੈਨੂੰ ਜਿਤ ਤੱਕ ਜਾਣਕਾਰੀ ਹੈ ਇੱਕ ਪਬਲਿਕ ਪ੍ਰੋਸੀਕਿਊਟਰ ਦੇ ਰੂਪ ਵਿੱਚ ਤੁਹਾਨੂੰ ਦੇਖਣਾ ਚਾਹੁੰਦੇ ਸੀਗੇ ਲੋਕ ਉਹਦੇ ਵਾਸਤੇ ਸਿਗਨੇਚਰ ਵੀ ਹੋ ਚੁੱਕੇ ਸੀਗੇ ਤੁਹਾਡੀ ਡਿਊਟੀ ਲੱਗੀ ਜਾਂ ਨਹੀਂ ਲੱਗੀ ਜਾਂ ਇਹ ਖਬਰ ਗਲਤ ਹੈ ਕੀ ਖਬਰ ਤੁਹਾਡੀ ਠੀਕ ਹੈ ਮੇਰਾ ਉਦੋਂ ਨਾ ਰეკਮੈਂਡ ਕੀਤਾ ਗਿਆ ਸੀ ਬਟ ਫਾਈਨਲ ਅਪਰੂਵਲ ਕਿਉਂ ਨਹੀਂ ਆਈ ਉਹ ਤਾਂ ਗਵਰਨਮੈਂਟ ਨੂੰ ਪਤਾ ਹੋਣਾ ਹੈ ਉਸ ਸੀਜ਼ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਨੂੰ ਮੇਰੀ ਕੰਸੈਂਟ ਲੈਣ ਲਈ ਮੈਨੂੰ ਫੋਨ ਕਰਕੇ ਵਰਬਲ ਕੰਸੈਂਟ ਮੇਰੀ ਲਈ ਗਈ ਸੀ ਕਿ ਐ ਮਤਲਬ ਕੁਝ ਲੋਕਾਂ ਨੇ ਸਾਈਨ ਕਰਕੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੇ ਉਸ ਥਾਂ ਦੇ ਮਤਲਬ ਵਿਕਟਮ ਸੀ ਔਰ ਹੋਰ ਲੋਕ ਸੀ ਜਿਹੜੇ ਉਸ ਕੇਸ ਨੂੰ ਪਰਸੂ ਕਰ ਰਹੇ ਸੀ ਉਹਨਾਂ ਨੇ ਚਿੱਠੀ ਲਿਖੀ ਸੀ ਔਰ ਉਹਦੇ ਉੱਤੇ ਮਿਸਟਰ ਕੁਮਾਰ ਵਿਜੇ ਵੱਲੋਂ ਫਾਰਵਰਡ ਵੀ ਕੀਤੀ ਗਈ ਸੀ ਸੋ ਮੇਰੀ ਉਹਨਾਂ ਨੇ ਫੋਨ ਤੇ ਕੰਸੈਂਟ ਲਈ ਸੀ ਬਿਕੋਜ਼ ਉਹ ਮੰਡੇਟਰੀ ਹੁੰਦੀ ਹੈ ਮੈਨੂੰ ਵੀ ਉਦੋਂ ਪਤਾ ਲੱਗਿਆ ਸੀ ਪਰ ਫਾਈਨਲ ਅਪਰੂਵਲ ਨਹੀਂ ਆਈ ਗਵਰਨਮੈਂਟ ਵੱਲੋਂ ਤਾਂ ਗਵਰਨਮੈਂਟ ਦੱਸ ਸਕਦੀ ਹੈ ਕਿਉਂ ਉਹਦਾ ਰੀਜ਼ਨ ਤੁਸੀਂ ਨਹੀਂ ਦੱਸ ਸਕਦੇ ਨਹੀਂ ਮੈਨੂੰ ਨਹੀਂ ਆਇਆ ਮੈਂ ਫੋਲੋਅ ਅਪ ਨਹੀਂ ਕੀਤਾ ਕਦੇ ਉਸ ਸੀਜ਼ਨ ਤੁਸੀਂ ਚਾਹੁੰਦੇ ਸੀਗੇ ਉਸ ਕੇਸ ਦੇ ਵਿੱਚ ਤੁਸੀਂ ਇਨਵੋਲਵ ਹੁੰਦੇ ਵੇਖੋ ਚਾਉਣ ਜਾਂ ਨਾ ਚਾਉਣ ਨਾਲ ਕੁਝ ਨਹੀਂ ਹੁੰਦਾ ਇੱਕ ਗੱਲ ਹੁੰਦੀ ਹੈ ਕਿ ਜਦੋਂ ਜੇ ਮੈਨੂੰ ਕੋਈ ਕਲਾਇੰਟ ਵੀ ਇੰਗੇਜ ਕਰ ਲੈਂਦਾ ਜਦੋਂ ਤੁਹਾਡਾ ਨਾਮ ਕਿਸੇ ਪਬਲਿਕ ਪ੍ਰੋਸੀਕਿਊਟਰ ਦੇ ਤੌਰ ਤੇ ਚੱਲ ਪੈਂਦਾ ਕੇਸ ਤੁਸੀਂ ਫਿਰ ਪ੍ਰਾਈਵੇਟ ਸਾਈਡ ਤੋਂ ਨਹੀਂ ਆ ਸਕਦੇ ਹੂੰ ਸੋ ਜਦੋਂ ਮੈਨੂੰ ਆ ਗੱਲ ਪਤਾ ਲੱਗੀ ਸੋ ਮੈਂ ਪ੍ਰਾਈਵੇਟ ਸਾਈਡ ਤੇ ਜਿੰਨੇ ਵੀ ਲੋਕਾਂ ਨੇ ਮੈਨੂੰ ਅਪਰੋਚ ਕੀਤਾ ਸੀ ਦੋ ਤਿੰਨ ਜਣੇ ਨੇ ਉਸਕੇ ਇਸ ਲਈ ਉਹਨਾਂ ਨੂੰ ਮੈਂ ਜਵਾਬ ਦਿੱਤਾ ਸੀ ਬਿਕੋਜ਼ ਮੇਰੇ ਵੱਲੋਂ ਇੱਕ ਬੜਾ ਕਲੀਅਰ ਸਟੈਂਡ ਸੀ ਕਿ ਇੱਕ ਪਾਸੇ ਆਇਆ ਜਾ ਸਕਦਾ ਹੈ ਔਰ ਜੇ ਤੁਸੀਂ ਗਵਰਨਮੈਂਟ ਨੂੰ ਹੀ ਲਿਖ ਰਹੇ ਹੋ ਫਿਰ ਮੈਨੂੰ ਪ੍ਰਾਈਵੇਟ ਸਾਈਡ ਤੋਂ ਕਿਉਂ ਇੰਗੇਜ ਕਰਨਾ ਚਾਹੁੰਦੇ ਸਮੇਸ਼ ਸੈਣੀ ਕਦੇ ਸਹੀ ਮੈਨੇਜ ਜੋ ਤੁਸੀਂ ਕਹਿੰਦੇ ਹੋ ਹਮੇਸ਼ਾ ਸਿਲਾਕਾਂ ਵਿੱਚ ਹੋਊ ਕਦੇ ਬਿਲਕੁਲ ਹੋਊਗਾ ਕਿਉਂ ਨਹੀਂ ਹੋਊਗਾ ਦੇਖੋ ਗੱਲ ਇੱਕ ਸਾਨੂੰ ਸਮਝਣੀ ਜ਼ਰੂਰੀ ਹੈ ਬੈਠ ਕੇ ਇੱਕ ਪਬਲਿਕ ਦੇ ਵਿੱਚ ਇੱਕ ਇੰਟਰਵਿਊ ਦੇਖ ਕੇ ਜਾਂ ਇੱਕ ਚੀਜ਼ ਸੁਣ ਕੇ ਰਿਜ਼ਲਟ ਨਹੀਂ ਆਉਣਾ ਲੋਕੀ ਕਹਿੰਦੇ ਸਾਡੇ ਨਾਲ ਤਸ਼ੱਦਦ ਹੋਈ ਬਈ ਡਿਟੇਲਸ ਦਿਓ ਕੰਪਲੇਂਟ ਫਾਈਲ ਕਰੋ ਉਹ ਬਿਨਾ ਕੀਤੇ ਆ ਕੋਰਟ ਕਿਵੇਂ ਐਕਸ਼ਨ ਲਊਗੀ ਮੈਨੂੰ ਤੁਸੀਂ ਤੁਹਾਨੂੰ ਇੰਨੇ ਸਾਲ ਹੋ ਗਏ ਲੜਾਈ ਲੜਦਿਆਂ ਨੂੰ ਲੋਕ ਡਰਦੇ ਪਏ ਆ ਉਹਨਾਂ ਦੇ ਸਾਥੀ ਪੁਲਿਸ ਵਾਲੇ ਬੋਲ ਕੇ ਨਹੀਂ ਰਾਜੀ ਹੈਗੇਗੇ ਮਿਸਟਰ ਵਿਰਕ ਮੈਂ ਖੁਦ ਬੋ ਜਾਣੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦੇ ਅਸੀਂ ਨਹੀਂ ਬੋਲ ਸਕਦੇ ਉਹੀ ਹੈ ਨਾ ਜਿਸ ਸਿਸਟਮ ਦੇ ਵਿੱਚ ਡਰ ਕੇ ਲੋਕ ਬੈਠਣਗੇ ਫਿਰ ਅਸੀਂ ਕਿਹਦੇ ਤੋਂ ਉਮੀਦ ਰੱਖਾਂਗੇ ਤੁਹਾਨੂੰ ਡਰਨ ਲੱਗਦਾ ਨਹੀਂ ਇਹੋ ਜਦੋਂ ਕੀ ਡਰਨਾ ਔਰ ਮੈਂ ਵੈਸੇ ਨਹੀਂ ਡਰਦਾ ਦੇਖੋ ਇੱਕ ਉਹੀ ਗੱਲ ਆ ਜਾਂਦੀ ਹੈ ਵਰਦੀ ਪਾ ਲਈ ਤੇ ਡਰਨਾ ਵੈਸੇ ਹੀ ਤੁਹਾਨੂੰ ਛੱਡਣਾ ਪੈਂਦਾ ਹੈ ਵਰਦੀ ਕੀ ਹੁੰਦੀ ਹੈ ਤੁਹਾਡਾ ਕਫਨ ਹੁੰਦਾ ਹੈ ਮੈਂ ਤੁਹਾਨੂੰ ਇੱਕ ਸੱਚਾਈ ਦੱਸ ਰਿਹਾ ਜਦੋਂ ਵਰਦੀ ਪਾਉਨੇ ਹੋ ਤੁਸੀਂ ਇੱਕ ਕਫਨ ਪਾਉਨੇ ਹੋ ਆਪਣਾ ਤੇ ਉਹ ਵਰਦੀ ਪਾ ਕੇ ਤੁਸੀਂ ਕਹੋ ਜੀ ਮੈਂ ਡਰਦਾ ਉਹ ਚੀਜ਼ਾਂ ਨਾਲ ਨਹੀਂ ਜਾਂਦੀਆਂ ਦੂਜੀ ਗੱਲ ਮੈਂ ਗੁਰੂਆਂ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਜ਼ਿੰਦਗੀ ਚ ਰੱਬ ਗਵਾਇਆ ਮੇਰਾ ਉਹਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਸ਼ੁਰੂ ਚ ਹੀ ਕਹਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਤੁਕ ਮੈਂ ਹਮੇਸ਼ਾ ਯਾਦ ਰੱਖਦਾ ਜੇ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਤਰੀ ਗਲੀ ਮੋਰੀ ਆਓ ਇਸ ਮਾਰਕ ਪੈਰ ਤਰੀ ਤੇ ਸਿਰ ਦੀਜੇ ਕਾਣ ਨਾ ਕੀਜੇ ਸਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਕਰਨੀ ਸਾਨੂੰ ਲੜਾਈ ਦੇ ਮੈਦਾਨ ਦੇ ਵਿੱਚ ਉਤਰਨਾ ਹੈ ਰੱਬ ਦਾ ਨਾਮ ਲੈ ਕੇ ਉਤਰਨਾ ਹੈ ਸਹੀ ਰਾਹ ਤੇ ਚੱਲਣਾ ਹੈ ਇਸ ਕਰਕੇ ਨਾ ਡਰ ਹੈ हां एक मिशन ਹੁਣ ਮੇਰਾ ਬਣ ਚੁੱਕਿਆ ਹੈ ਇਹੋ ਜੇ ਪੁਲਿਸ ਵਾਲਿਆਂ ਦੇ ਖਿਲਾਫ ਇਹੋ ਜੇ ਸਿਸਟਮ ਦੇ ਖਿਲਾਫ ਉਹ ਮੈਂ ਜ਼ਰੂਰ ਕੰਟੀਨਿਊ ਕਰ ਰਹਾ ਹਾਂ ਔਰ ਮੈਂ ਨਿਡਰ ਹੋ ਕੇ ਕਰਾਂਗਾ ਵੀ ਔਰ ਉਹਦੇ ਵਿੱਚ ਜੇ ਤੁਸੀਂ ਕਿਤੇ ਦੇਖੋਗੇ ਵੀ ਮੈਂ ਜਨਰਲੀ ਆਹੀ ਲਿਖਿਆ ਹੁੰਦਾ ਮੇਰੇ ਫੇਸਬੁਕ ਜਾਂ WhatsApp ਤੇ ਹੁੰਦੇ ਤੇ ਮੈਂ ਉਹੀ ਡੀਪੀ ਲਾਈ ਹੈ ਗੁਰਗੋਵਿੰਦ ਸਿੰਘ ਜੀ ਦਾਈ ਸਾਨੂੰ ਦਿੱਤਾ ਹੋਇਆ ਰਾਹ ਦੇ ਸੇਵਾ ਵਰਮੋਹੇ ਹੈ ਸ਼ੁਭ ਕਰਮਨ ਤੇ ਕਭ ਨਾ ਡਰੋ ਨਾ ਡਰੋ ਔਰ ਸੋਚਿਓ ਚਾਹੀ ਲੈ ਔਰ ਨਿਸ਼ਚੈ ਕਰ ਆਪਣੀ ਚੀਜ਼ ਕਰੋ ਅਸੀਂ ਤਾਂ ਉਸੇ ਰਾਹ ਤੇ ਚੱਲਣਾ ਹੈ ਔਰ ਜਿਤ ਰੱਬ ਨੇ ਨਿਸ਼ਚਿਤ ਕਰਤੀ ਸੀ ਤਾਂ ਹੀ ਗੁਰੂ ਸਾਹਿਬ ਨੇ ਸਾਨੂੰ ਆ ਮੈਸੇਜ ਦਿੱਤਾ ਕਿ ਤੁਸੀਂ ਸਹੀ ਰਾਹ ਤੇ ਚੱਲੋ ਰੱਬ ਨਾਲ ਹੈ ਫਤਿਹ ਤੁਹਾਡੀ ਹੈ ਤੁਸੀਂ ਕਹਿੰਦੇ ਮੈਂ ਡਰਦਾ ਨਹੀਂਗਾ ਧਮਕੀਆਂ ਮਿਲੀਆਂ ਕਦੇ ਨਹੀਂ ਰੱਬ ਦੀ ਮਿਹਰ ਐਨੀ ਸੈਣੀ ਹਿੰਮਤ ਐਨੀ ਕਿ ਤੂੰ ਕਾ ਲਗਾ ਤージェ ਸੈਣੀ ਨਹੀਂ ਤੂੰ ਕਾ ਸਕਦਾ ਚੇਲੇ ਕੀ ਤੂੰ ਕੌਣ ਹੈਂ ਵੇਖੋ ਬੜੀ ਸਿੰਪਲ ਜੀ ਗੱਲ ਹੁੰਦੀ ਹੈ ਧਮਕੀਆਂ ਦੇਣ ਵਾਲੇ ਦੇ ਹੀ ਜਾਂਦੇ ਹੈ ਡਿਪੈਂਡ ਇਹ ਕਰਦਾ ਤੁਹਾਡੇ ਤੱਕ ਪਹੁੰਚ ਰਹੀ ਹੈ ਕਿ ਨਹੀਂ ਜੀਨੇ ਮਰਨਾ ਹੈ ਉਹਨੇ ਹੁੰਦੇ ਜਾਂਦੇ ਵੈਸੇ ਹੀ ਕਿਤੇ ਮਰ ਜਾਣਾ ਪਰ ਤਮ ਕੀ ਦੇਣ ਵਾਲੇ ਚ ਜੇਕਰ ਹੋਵੇ ਮੈਂ ਡਰਦਾ ਨਹੀਂ ਜਿਹਨੂੰ ਵਹਿਮ ਹੈ ਕਿ ਉਹ ਡਰਾ ਲੂਗਾ ਤੇ ਮੈਂ ਡਰ ਜਾਗਾ ਉਹ ਕਰ ਲਵੇ ਮੈਂ ਉਸ ਹੀ ਤੋਂ ਪਿੱਛੇ ਨਹੀਂ ਹਟਦਾ ਇੱਕ ਦੋ ਪੋਲਿਟਿਕਲ ਸਵਾਲ ਮੈਂ ਤੁਹਾਨੂੰ ਜ਼ਰੂਰ ਕਰਨਾ ਚਾਹੁੰਦਾ ਸਾਰੇ ਲੋਕਾਂ ਵਿੱਚ ਇਹ ਚਰਚਾ ਹੈ ਕਿ ਕਾਂਗਰਸ ਸਰਕਾਰ ਨੇ ਸੈਣੀ ਨੂੰ ਪ੍ਰਮੋਸ਼ਨਾਂ ਦਿੱਤੀਆਂ ਬਾਦਲ ਸਰਕਾਰ ਨੇ ਸੈਣੀ ਨੂੰ ਪ੍ਰਮੋਸ਼ਨਾਂ ਦਿੱਤੀਆਂ ਇਹਨੂੰ ਪਚਾਇਆ ਗਿਆ ਤੁਸੀਂ ਇਸ ਪਰ ਕੋਈ ਕਮੈਂਟ ਕਰਨਾ ਚਾਹੁੰਦੇ ਹੋ ਨਹੀਂ ਕਰਨਾ ਚਾਹੁੰਦੇ ਮੈਂ ਕੋ ਪੋਲਿਟੀਕਲ ਚੀਜ਼ਾਂ ਦੇ ਵਿੱਚ ਮੈਂ ਜਨਰਲੀ ਕਮੈਂਟ ਨਹੀਂ ਕਰਦਾ ਬਿਕੋਜ਼ ਮੈਂ ਆਪਣੀ ਨਿਊਟਰੈਲਿਟੀ ਰੱਖਦਾ ਐਜ਼ ਅ ਲਾਇਰ ਫਿਰ ਉਹ ਨਹੀਂ ਤਾਂ ਬਾਇਸਡ ਥ ਵਿਊਜ਼ ਬਣ ਜਾਂਦੇ ਆ ਔਰ ਕੋਰਟ ਦੇ ਵਿੱਚ ਦਿੱਕਤ ਆਉਂਦੀ ਆ ਪਰ ਜਿੱਥੇ ਤੱਕ ਸੈਣੀ ਦਾ ਸਵਾਲ ਹੈ ਜੇ ਇਹਨੂੰ ਪੋਲਿਟੀਕਲ ਬੈਕਿੰਗ ਹੁੰਦੀ ਨਾ ਜੀ ਆ ਕੇਸਸ ਸ਼ੁਰੂ ਨਾ ਹੁੰਦੇ ਜੇ ਆ ਕੇਸਸ ਸ਼ੁਰੂ ਨਾ ਹੁੰਦੇ ਇਹਦੇ ਅਗੇਂਸਟ ਅੱਜ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਲੈਣਾ ਸੀਬੀਆ ਦਾ ਕੇਸ 94 ਵਾਲਾ ਸੈਣੀ ਮੋਟਰਸ ਪੁਲਰ ਮਲਤਾਨੀ ਕੁਆਸ਼ ਹੋਇਆ ਦੁਬਾਰਾ ਮਲਤਾਨੀ ਦਾ ਸ਼ੁਰੂ ਹੋ ਗਿਆ वैबल कलां पर गाड़ी सीबीआई सॉरी ईडी इनकम टैक्स विजिलेंस के 11 नंबर से 13 नंबर और 8 केस सैनी के खड़े हैं और पता नहीं किनिया कंप्लेंट आ जान अजय मैं आपको नौवां दस्या वन स्क्वॉड दा दबया हुआ है वो जदन उठूगा वो भी सैनी दी अड करप्शन एक्सपोज कर होगा किस तरह वन स्क्वॉड ने डीजी ऑफिसरा ने कीता सी सैनी वेले और कई पुलिस वाले दे उधर ना आण के बट अगेन मैं फिर यही कहना कि जे ए नु पॉलिटिकल बैकिंग हुंदी है केसेस क्यों शुरू हुंदे ਇਹ ਸ਼ੁਰੂਆਤ ਹੋ ਕੇ ਕਿਤਨਾ ਕਿਤੇ ਐਡਵਾਂਸ ਸਟੇਜ ਤੱਕ ਚੀਜ਼ਾਂ ਜਾ ਰਹੀਆਂ ਹਨ ਉਹ ਤਾਂ ਹੀ ਜਾ ਰਹੀਆਂ ਕਿ ਕਿਤਨਾ ਕਿਤੇ ਪੋਲਿਟੀਕਲ ਬੈਕਿੰਗ ਨਹੀਂ ਹੈ ਔਰ ਮੈਂ ਇੱਕ ਐਗਜ਼ਾਮਪਲ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਵੀ ਰੱਖਦਾ ਤੁਸੀਂ ਆਪ ਸੋਚੋ ਜਿਹੋ ਜਿਹਾ ਘਟਿਆ ਟੌਰਚਰ ਮਲਤਾਨੀ ਨਾਲ ਕੀਤਾ ਗਿਆ ਹੈ ਮਤਲਬ ਇੱਕ ਸਟਿਕ ਉਹਦੇ ਪਿੱਛੇ ਇਨਸਰਟ ਕੀਤੀ ਠੁੱਡਾਂ ਮਰਵਾਈਆਂ ਵਿਚਾਰੇ ਦੀ ਅੱਖ ਬਾਰ ਆ ਗਈ ਇੱਕ ਇਨਹਿਊਮਨ ਟੌਰਚਰ ਇਹੋ ਜਿਹਾ ਦੇਖ ਕੇ ਹਯਾਨੀਅਤ ਪਰ ਟੌਰਚਰ ਮੇਰਾ ਨਹੀਂ ਖਿਆਲ ਉਹ ਜੀ ਗੱਲਾਂ ਸੁਣ ਕੇ ਸੈਣੀ ਦੀਆਂ ਉਹ ਜੀਆਂ ਚੀਜ਼ਾਂ ਬਾਹਰ ਆਉਣ ਤੋਂ ਬਾਅਦ ਕੋਈ ਵੀ ਪੋਲਿਟੀਕਲ ਲੀਡਰ Seninal Association of Kolkata ਹਿਊਮਨ ਰਾਈਟਸ ਦੇ ਐਂਗਲ ਤੇ ਤੁਸੀਂ ਗੱਲ ਕਰਦੇ ਹੋ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ ਤੁਸੀਂ ਵਾਰ-ਵਾਰ ਇਹ ਗੱਲ ਕਰਦੇ ਹੋ ਹਿਊਮਨ ਰਾਈਟਸ ਨੂੰ ਬਚਾਉਣ ਲਈ ਸਾਡੇ ਦੇਸ਼ ਦੇ ਬਾਰੇ ਕਾਨੂੰਨ ਹੈਗੇ ਆ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਾਂ ਅਸੀਂ ਉਹਨਾਂ ਬਾਰੇ ਸੋਚਦੇ ਨਹੀਂ ਪਏਗੇ ਹਿਊਮਨ ਰਾਈਟਸ ਵੀ ਕੋਈ ਚੀਜ਼ ਹੈ ਨਹੀਂ ਅਸੀਂ ਕਰ ਰਹੇ ਹਾਂ ਕੋਸ਼ਿਸ਼ ਪਰ ਗੱਲ ਕਿੱਥੇ ਮੁੱਕਦੀ ਹੈ ਕਿ ਲੋਕੀ ਡਰਦੇ ਕੰਪਲੇਂਟ ਹੀ ਨਹੀਂ ਦੇ ਰਹੇ ਹੁਣ ਜਿ세 ਹਿਊਮਨ ਰਾਈਟਸ ਐਕਟ ਲਈਏ ਸਾਡੇ ਸਟੇਟ ਦੇ ਵਿੱਚ ਨੈਸ਼ਨਲ ਸਟੇਟ ਕਮਿਸ਼ਨਸ ਬਣੇ ਆ ਨੈਸ਼ਨਲ ਕਮਿਸ਼ਨ ਹਿਊਮਨ ਰਾਈਟਸ ਦਾ ਬਣਿਆ ਉਹਦੀ ਜੂਰਿਸਡਿਕਸ਼ਨ ਦਾ ਪੀਰੀਅਡ ਵਿਦ 1 ਇਅਰ ਆਫ ਇਨਸੀਡੈਂਟ ਹੁੰਦਾ ਹੈ ਹੁਣ ਜਿਹੜੇ ਲੋਕੀ 30 ਸਾਲ ਬਾਅਦ ਆ ਕੇ ਕਹਿਣਗੇ ਜੀ ਸਾਡੇ ਕੋਲ ਆ 30 ਸਾਲ ਪੁਰਾਣੀ ਅਸੀਂ ਕੰਪਲੇਂਟ ਚੁੱਕਣੀ ਚਾਹੁੰਦੇ ਆ ਅਸੀਂ ਐਨੇ ਸਾਲ ਕੋਈ ਕੰਪਲੇਂਟ ਨਹੀਂ ਦਿੱਤੀ ਉਹਦੀ ਜਸਟੀਫਿਕੇਸ਼ਨ ਹੀ ਹੈ ਨਹੀਂ ਤੇ ਅਸੀਂ ਕੋਰਟ ਦੇ ਸਾਹਮਣੇ ਕੀ ਰੱਖੀਏ ਤੁਹਾਡੇ ਤੁਹਾਡੇ ਵਕੀਲਾਂ ਤੇ ਵੀ ਸਵਾਲ ਉੱਠਦੇ ਆ ਤੁਹਾਨੂੰ ਸਵਾਲ ਇਹ ਪਿੰਚ ਵੀ ਕਰੂਗਾ ਕਿੰਦੇ ਵਕੀਲ ਉਹਨਾਂ ਕੇਸਾਂ ਨੂੰ ਹੱਥ ਪਾਉਂਦੇ ਜਿੰਦੇ ਵਿੱਚ ਐਨ ਆਰ ਆਈਸ ਵੱਲੋਂ ਫੰਡ ਉਨਾ ਕੇਸਾਂ ਨੂੰ ਹੱਥ ਪਾਇਆ ਜਾਂਦਾ ਤੇ ਉਹੀ ਕੇਸ ਪਰਸਿਊ ਕੀਤੇ ਜਾਂਦੇ ਜਿੰਦੇ ਵਿੱਚ ਮੋٹے ਡਾਲਰ ਪੈਸੇ ਸਾਹਮਣੇ ਆ। ਤੁਹਾਡੇ ਦਰਸ਼ਕਾਂ ਨੂੰ ਮੈਂ ਬੜੀ ਕਲੀਅਰ ਇੱਕ ਗੱਲ ਕਹਿ ਰਿਹਾ। ਇੱਕ ਵੀ ਜਾਣਾ ਔਨ ਰਿਕਾਰਡ ਆ ਕੇ ਕਹਿ ਦਵੇ ਮੈਂ ਕਿਸੇ ਤੋਂ ਇੱਕ ਪੈਸਾ ਵੀ ਲਿਆ ਹੋਵੇ ਇਹ ਕੇਸ ਚ। ਮਲਤਾਨੀ ਕੇਸ ਹੋਵੇ ਜਾਂ ਕੋਈ ਹੋਵੇ। ਮੈਨੂੰ ਇੱਕ ਜਾਣਾ ਕਹਿ ਦਵੇ ਕਿ ਜੀ ਪ੍ਰਦੀਪ ਨੇ ਐਨ ਆਰ ਆਈਸ ਤੋਂ ਫੰਡਿੰਗ ਲਈ ਜਾਂ ਇੰਡੀਆ ਚ ਕਿਸੇ ਤੋਂ ਡੋਨੇਸ਼ਨ ਲਈ ਇੱਕ ਪੈਸੇ ਦੀ ਵੀ। ਮੈਨੂੰ ਘੱਟੋ ਘੱਟ ਹਜ਼ਾਰ ਮੈਸੇਜਸ ਆਏ ਹੋਣੇ ਆ ਔਰ ਕਈ ਸੌ ਕਾਲਸ ਆਈਆਂ ਹੋਣੀਆਂ ਕਿ ਜੀ ਆਪਣਾ ਅਕਾਊਂਟ ਨੰਬਰ ਦਿਓ। ਆਈ ਰਿਫਿਊਜ਼ਡ। ਮੈਨੂੰ ਲੋਕ ਮਤਲਬ ਮੈਂ ਸੱਚੀ ਦੱਸ ਰਿਹਾ ਹਾਂ ਖੁਸ਼ੀ ਨਾਲ ਰੋਂਦੇ ਹੋਏ ਕਿਆ ਕਿ ਜੀ ਸਾਡਾ 10ਵਾਂ ਦ ਸਮਝੋ ਮੈਂ ਕਹਿੰਦੀ ਫਿਰ ਇਹ ਮੇਰਾ 10ਵਾਂ ਦ ਸਮਝਿਓ ਜੇ ਤੁਹਾਡੀ ਕੰਟਰੀਬਿਊਸ਼ਨ ਐ ਇੱਕ ਕੌਜ਼ ਵਾਸਤੇ ਹਾਂ ਇੱਕ ਚੀਜ਼ ਮੈਂ ਹਮੇਸ਼ਾ ਕਹੀ ਆ ਔਰ ਆਪਣੀ ਹਰ ਇੰਟਰਵਿਊ ਚ ਕਹੀ ਆ ਜੇ ਮੇਰੇ ਲਈ ਕੁਝ ਕਰਨਾ ਚਾਹੁੰਦੇ ਹੋ ਦੁਆਵਾਂ ਕਰੋ ਅਰਦਾਸਾਂ ਕਰੋ ਮੈਨੂੰ ਪੈਸਾ ਨਹੀਂ ਚਾਹੀਦਾ ਔਰ ਮੈਂ ਇੱਕ ਪੈਸਾ ਨਹੀਂ ਕਿਸੇ ਤੋਂ ਲਿਆ ਕਦੇ ਮੈਂ ਚੈਲੰਜ ਕਰਦਾ ਇੱਕ ਜਣਾ ਵੀ ਔਨ ਰਿਕਾਰਡ ਆ ਕੇ ਕਹਿ ਦਵੇ ਕਿ ਪ੍ਰਦੀਪ ਨੇ ਮੇਰੇ ਤੋਂ ਇੱਕ ਪੈਸਾ ਵੀ ਲਿਆ ਐਜ਼ ਅ ਡੋਨੇਸ਼ਨ ਫਾਰ ਫਾਈਟਿੰਗ ਐਨੀ ਕੇਸ ਜਾਂ ਕਹਿੰਦੇ ਹੋਏ ਕਿ ਜੀ ਆ ਖਰਚਾ ਹੋਊਗਾ ਜਾਂ ਕੁਝ ਨੈਵਰ ਤੁਹਾਡੇ ਲਾਇਰਸ ਨੇ ਕੀ ਕੀਤਾ ਮੈਨੂੰ ਉਸ ਚੀਜ਼ ਦਾ ਕੋਈ ਆਈਡੀਆ ਨਹੀਂ ਤੁਹਾਡੀ ਬਰਾਦਰੀ ਦੇ ਸਵਾਲ ਕਿਉਂ ਉੱਠਦੇ ਆ ਬਰਾਦਰੀ ਵਾਲੇ ਜਵਾਬ ਦੇਣਗੇ ਜਿੰਨਾ ਤੇ ਅਲੀਗੇਸ਼ਨ ਲੱਗਦੇ ਆ ਉਹ ਜਵਾਬ ਦੇ ਸਕਦੇ ਆ ਪਰ ਮੈਂ ਕਦੇ ਨਹੀਂ ਕੀਤਾ ਨਾ ਮੈਂ ਕਰਾਂਗਾ ਤੁਹਾਨੂੰ ਸੱਚ ਲੱਗਦਾ ਇਹ ਨੈ ਅਲੀਗੇਸ਼ਨਸ ਵਿੱਚ ਵੇਖੋ ਲੋਕੀ ਅੱਗੇ ਆ ਕੇ ਕੋਈ ਬੋਲੇ ਨਹੀਂ ਕਦੇ ਕਿ ਫਲਾਨੇ ਨੇ ਕੀਤਾ ਜੇ ਉਹ ਕਿਸੇ ਨੂੰ ਦੇ ਰਹੇ ਹੈ ਉਹ ਜਾਣਦੇ ਹੋਣੇ ਹੈ ਜਾਂ ਕਿਹੜੇ ਲਾਇਰਸ ਨੂੰ ਉਹ ਫੰਡ ਕਰ ਰਹੇ ਉਹ ਲਾਇਰਸ ਨੂੰ ਪਤਾ ਹੋਣਾ ਹੈ ਇੱਕ ਆਖਰੀ ਸਵਾਲ ਜੀ ਤੁਸੀਂ ਮਿਸਟਰ ਸੈਣੀ ਦੇ 8 ਕੇਸ ਗਿਣਾਇਆ ਮੋٹے ਮੋٹے ਸਕੋਡਾ ਅਮਨ ਸਕੋਡਾ ਕੇਸ ਦੀ ਗੱਲ ਕਰਦੇ ਮੈਂ ਨੋਵਾ ਕੇਸ ਅਜੇ ਦੱਬਿਆ ਹੋਇਆ ਅ ਤੁਹਾਨੂੰ ਇਹ ਲੱਗਦਾ ਹੈ ਕਿ ਮਿਸਟਰ ਸੈਣੀ ਦਾ ਜੇਲ੍ਹ ਜਾਣ ਦੇ ਵਿੱਚ ਵਕਫਾ ਕਿੰਨਾ ਹੋਊਗਾ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕਹ ਰਹੇ ਮੇ ਕੋਲ ਸਬੂਤ ਬਹੁਤ ਹੈ ਹੁਣ ਉਹ ਤੇ ਸਟੇ ਲੱਗੀ ਹੋਈ ਹੈ ਤੁਹਾਡੇ ਮਲਤਾਨੀਆਲੇ ਕੇਸ ਦੇ ਵਿੱਚ ਹੋਰ ਜਿਹੜੇ ਬਾਬਲ ਕਲਾ ਕੋਟਪੂਰਾ ਗੋਲੀकांड ਹੋਰ ਕਿੰਨੇ ਤਮਾਮ ਜੀ 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 ਕੋਈ ਵਕਫਾ ਇੱਕ ਦੱਸ ਸਕਦੇ ਹੋ ਨਹੀਂ ਉਹ ਚੀਜ਼ ਮੈਂ ਪ੍ਰੋਡਕਟ ਤਾਂ ਨਹੀਂ ਕਰ ਸਕਦਾ ਜਿਵੇਂ ਵਿਜੀਲੈਂਸ ਦਾ ਨਵਾਂ ਕੇਸ ਹੋ ਗਿਆ ਸੀ ਹੋ ਸਕਦਾ ਇਹਦੇ 'ਚ ਅਰੈਸਟ ਹੋ ਜਾਣਾ ਸੀ ਇਹਨੇ ਹੁਣ ਇਹਨੂੰ ਫੇਰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਗਿਆ ਕੋਆਪਰੇਟ ਤਾਂ ਇੱਕ ਆਟੀ ਕਰਦਾ ਹੈ ਐਟੀਟਿਊਡ ਜੋ ਸੈਨੀ ਦਾ ਹੈ ਸੋ ਹੁਣ ਪਤਾ ਲੱਗਦਾ ਹੈ ਹੌਲੀ ਹੌਲੀ ਕਿਹੜੀਆਂ ਚੀਜ਼ਾਂ ਅੱਗੇ ਆਉਂਦੀਆਂ ਕਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਟਰਨ ਲੈ ਮਤਲਬ ਐਂਡ ਦੇ ਵਿੱਚ ਇਹ ਬਚੂਗਾ ਨਹੀਂ ਇਹਨੂੰ ਕਨਵਿਕਸ਼ਨ ਹੋਊਗੀ ਇਹ ਮੈਨੂੰ ਯਕੀਨ ਹੈ ਔਰ ਇਹ ਯਕੀਨ ਰੱਬ ਕਰਕੇ ਹੈ ਦੇਖੋ ਮੈਂ ਰੱਬ ਦੇ ਰਾਹ ਤੇ ਚੱਲਦਾ ਅਲਟੀਮੇਟਲੀ ਭਾਵੇਂ ਕੋਈ ਜੱਜ ਹੈ ਭਾਵੇਂ ਵਕੀਲ ਹੈ ਕੰਮ ਭਾਵੇਂ ਪੁਲਿਸ ਵਾਲਾ ਹੈ ਮਰਜ਼ੀ ਰੱਬ ਦੀ ਚੱਲਣੀ ਹੈ ਇਨਸਾਨ ਦੀ ਨਹੀਂ ਔਰ ਰੱਬ ਦੇ ਘਰ ਦੇਰ ਹੈ ਨੇਰ ਨਹੀਂ ਮੈਨੂੰ ਪੂਰਾ ਵਿਸ਼ਵਾਸ ਹੈ ਸੈਨੀ ਨੂੰ ਸਦਾ ਵੀ ਮਿਲੂਗੀ ਟਾਈਮ ਮੈਂ ਨਹੀਂ ਦੱਸ ਸਕਦਾ ਸਦਾ ਵੀ ਮਿਲੂਗੀ ਔਰ ਜੇਲ੍ਹ ਵੀ ਜਾਊਗਾ ਜੇਲ੍ਹ ਜਾਣ ਤੋਂ ਬਚ ਨਹੀਂ ਸਕਦਾ ਕਦੇ ਵੀ ਨਹੀਂ ਮੈਂ ਦੇਖੋ ਉਹੀ ਗੱਲ ਕਹਿਣਾ ਨਾ ਜੀ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਐਨੀ ਅਰਦਾਸਾਂ ਰੱਬ ਕਿਵੇਂ ਨਹੀਂ ਸੁਣਨਗੇ ਸਜ਼ਾ ਇਹਨੂੰ ਪੱਕਾ ਮਿਲੂਗੀ ਚਲੋ ਬਹੁਤ ਅਮਦ ਐਡਵੋਕੇਟ ਪ੍ਰਦੀਪ ਵਿਰਕ ਤੋਂ ਸ਼ੁਕਰੀਆ ਐਸਨ ਪ੍ਰਦੀਪ ਵਿਰਕ ਜਿਨ੍ਹਾਂ ਨੇ ਬੜੀ ਵਿਵਾਕੀ ਨਾਲ ਜਵਾਬ ਦਿੱਤੇ ਆ ਤੇ ਇਹਨਾਂ ਤੇ ਵੀ ਸਵਾਲ ਜਿਹੜੇ ਉੱਠੇ ਉਹਨਾਂ ਦੇ ਵੀ ਇਹਨਾਂ ਨੇ ਜਵਾਬ ਦਿੱਤੇ ਆ ਪਰ ਮਿਸਟਰ ਸੈਣੀ ਤੇ ਸੁਮੇਸ਼ ਸਿੰਘ ਸੈਣੀ ਤੇ ਜਿਹੜੇ ਸਵਾਲ ਹੈਗੇ ਆ ਉਹਨਾਂ ਦੇ ਜਵਾਬ ਆ ਜਿਹੜੇ ਉਹ ਕਿੰਨੇ ਮਿਲਦੇ ਪਏ ਆ ਸਵਾਲ ਹੀ ਆ ਤੇ ਇਹ ਕਹਿੰਦੇ ਆ ਮਿਸਟਰ ਸੈਣੀ ਜੇਲ ਪੱਕਾ ਜਾਣਗੇ ਕਦੋਂ ਜਾਣ ਕੇ ਨਹੀਂ ਪਤਾ ਕਿ ਇਹਨਾਂ ਨੂੰ ਰੱਬ ਤੇ ਭਰੋਸਾ ਜੁਡੀਸ਼ੀਅਲ ਸਿਸਟਮ ਤੇ ਇਸ ਪੋਲੀਟੀਕਲ ਸਿਸਟਮ ਤੇ ਕਿੰਨਾ ਭਰੋਸਾ ਹੈਗਾ ਸਵਾਲ ਹੀ ਵੀ ਹੈ ਬਹੁਤ ਲੋ